ਮਿੱਤਰਾਂ ਪਿਆਰਿਆਂ ਨੂੰ ਅਤੇ ਅੰਤੇ ਸਿਤਾਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦਾ ਲਾਈਵ ਸ਼ੋਅ ਮੈਂ ਸੈਕਰਾਮੈਂਟੋ ਸਟੂਡੀਓ ਦੇ ਵਿੱਚ ਹੀ ਕਰ ਰਿਹਾ ਔਰ ਲਾਈਵ ਕਾਲਾਂ ਜਿਹੜੀਆਂ ਤੁਹਾਡੀਆਂ ਅੱਜ ਲਵਾਂਗੇ। ਔਰ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਪ੍ਰੋਗਰਾਮ ਚੱਲ ਰਹੇ ਸਾਡੇ ਜਸ ਕ੍ਰੋਸ ਕੰਟਰੀ ਰੋਡ ਟ੍ਰਿਪ ਜਿਹੜਾ ਚੱਲ ਰਿਹਾ ਉਹ 2019 ਦਾ ਪਾਵਰਡ ਬਾਈ ਸਲਿੰਗ, ਉਹਦਾ ਕਰਕੇ ਪ੍ਰੋਗਰਾਮ ਥੋੜ੍ਹੇ ਬਹੁਤ ਅੱਗੇ ਪਿੱਛੇ ਹੋਏ ਨੇ ਅਤੇ ਕਾਲਾਂ ਦਾ ਸਿਲਸਿਲਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਘੱਟ ਰੱਖ ਹੋਇਆ। ਅੱਜ ਆਪਾਂ ਕਾਲਾਂ ਤੁਹਾਡੀਆਂ ਜ਼ਰੂਰ ਲਵਾਂਗੇ, ਅੱਜ ਤੁਹਾਡੇ ਵਿਚਾਰ ਜ਼ਰੂਰ ਸੁਣਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਕੱਲ੍ਹ ਫਿਰ ਕੱਲ੍ਹ ਤੋਂ ਜਿਹੜਾ ਫਿਰ ਅਸੀਂ ਯੂਬਾ ਸਿਟੀ ਦੇ ਵਿੱਚ ਕੱਲ੍ਹ ਨੂੰ ਜਾਣੀ ਕਿ ਇਸੇ ਟਾਈਮ ਫਾਇਰ ਵਰਕਸ ਉੱਥੇ ਹੋਏਗਾ, ਜਿਹਨੂੰ ਅਤਿਸ਼ਬਾਜ਼ੀ ਅਸੀਂ ਕਹਿੰਦੇ ਉਹ ਅਸੀਂ ਹਰ ਸਾਲ ਲਾਈਵ ਦਿਖਾਈ ਦੀ ਹੈ। ਅਤੇ ਪਰਸੋਂ ਵੀ ਉੱਥੋਂ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਬਿੱਕਰ ਬਾਦਸ਼ਾਹ ਵਗੈਰਾ ਸਾਰੇ ਜਿਹੜੇ ਲਾਈਵ ਉੱਥੋਂ ਕਰਾਂਗੇ। ਅਤੇ ਐਤਵਾਰ ਨੂੰ ਜਿਹੜੀ ਗੱਲ ਕਰੀਏ ਤਾਂ ਉਹ ਨਗਰ ਕੀਰਤਨ ਜਿਹੜਾ 40ਵਾਂ ਮਹਾਨ ਨਗਰ ਕੀਰਤਨ ਹੋ ਰਿਹਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਹੈ 40ਵਾਂ ਮਹਾਨ ਨਗਰ ਕੀਰਤਨ ਹੈ। ਹਰ ਨਵੰਬਰ ਦੇ ਪਹਿਲੇ ਐਤਵਾਰ ਹੁੰਦਾ, ਪੱਕਾ ਹੀ ਫਿਕਸ ਕੀਤਾ ਹੋਇਆ, ਇਸ ਵਾਰ 3 ਨਵੰਬਰ ਨੂੰ ਆ ਰਿਹਾ। ਸੋ ਉੱਥੇ ਦਰਸ਼ਨ ਮੇਲੇ ਕਰਾਂਗੇ ਅਤੇ ਸਾਡੀ ਟੀਮ ਜਿਹੜੀ ਹੈਗੀ ਹੈ ਰੋਡ ਟ੍ਰਿਪ ਵਾਲੀ ਸਾਰੀ ਇੱਥੇ ਪਹੁੰਚ ਚੁੱਕੀ ਹੈ ਸੈਕਰਾਮੈਂਟੋ ਦੇ ਵਿੱਚ। ਔਰ ਸਾਰੀ ਟੀਮ ਜਾਣੀ ਕਿ ਸਾਡੀਆਂ ਇਸ ਵਾਰ 3 ਗੁਣਾ ਸਾਡੇ ਕੋਲ ਸਾਰਾ ਇਕਿਉਪਮੈਂਟ ਹਰ ਵਾਰ ਨਾਲੋਂ, ਪਿਛਲੀਆਂ ਵਾਰਾਂ ਨਾਲੋਂ, ਪਿਛਲੇ ਟਾਈਮਾਂ ਨਾਲੋਂ 3 ਗੁਣਾ ਸਾਡੇ ਕੋਲ ਇਕਿਉਪਮੈਂਟ ਹੈਗਾ। 3 ਟੀਮਾਂ ਨੇ, 3 ਸੈੱਟ ਨੇ ਅਤੇ 3 ਹੀ ਗੱਡੀਆਂ ਸੁੱਖ ਨਾਲ ਆਪੋ ਆਪਣਾ ਕੰਮ ਕਰੋ। ਹੁਣ ਅਸੀਂ ਇਹ ਮੈਂ ਆਪਣਾ ਕੰਮ ਕਰ ਰਿਹਾ, 2 ਟੀਮ ਜਿਹੜੀ ਟੀਮ ਹੈ ਦੂਜੀ ਆਪਣਾ ਕੰਮ ਕਰ ਰਹੀ ਹੈ, 3ਜੀ ਟੀਮ ਜਿਹੜੀ ਮੁੱਦਾ ਵਾਲੀ ਹੈ ਉਹ ਆਪਣਾ ਕੰਮ ਕਰ ਰਹੀ, ਸਾਰੇ ਆਪੋ ਆਪਣੇ ਸ਼ੂਟਿੰਗ 'ਤੇ ਜਿਹੜੇ ਗਏ ਹੋਏ ਨੇ। ਮੈਂ ਸੈਕਰਾਮੈਂਟੋ ਦੇ ਸਟੂਡੀਓ ਦੇ ਵਿੱਚੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਰੂਬਰੂ ਕਰਨਾ। ਸੋ ਗੱਲਾਂ ਬਾਤਾਂ ਕਰਾਂਗੇ ਅੱਜ, ਅੱਜ ਮੌਕਾ ਹੈਗਾ, ਕੱਲ੍ਹ ਨੂੰ ਕਾਲਾਂ ਨਹੀਂ ਲੈ ਹੋਣੀਆਂ, ਇਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਸੋ ਕੋਈ ਵੀ ਗੱਲਬਾਤ ਹੈਗੀ ਅੱਜ ਕਰ ਸਕਦੇ, ਅਤੇ ਜਿਹੜੀ ਮੈਂ ਗੱਲਬਾਤ ਕਰਨੀ ਹੈ ਵਿਸ਼ੇ ਵਾਲੇ ਪਾਸੇ ਚੱਲੀਏ। 31 ਅਕਤੂਬਰ ਦਾ ਦਿਨ ਅੱਜ 2019 ਦਾ, ਇਸ ਦਿਨ ਨੂੰ ਸਾਰੇ ਲੋਕ ਆਪੋ ਆਪਣੇ ਤਰੀਕੇ ਨਾਲ ਲੈਂਦੇ ਨੇ, ਆਪਣੇ ਆਪਣੇ ਤਰੀਕੇ ਦੇ ਨਾਲ ਅੱਜ ਦੇ ਦਿਨ ਬਾਰੇ ਸੋਚਿਆ ਜਾਂਦਾ, ਆਪੋ ਆਪਣੇ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਜਿਹੜਾ ਬਹੁਤ ਵੱਡਾ ਇੱਕ ਕਹਿ ਸਕਦੇ ਹਾਂ, ਐਕਸੀਡੈਂਟ ਕਹਿ ਸਕਦੇ ਹਾਂ, ਬਹੁਤ ਵੱਡੀ ਵਾਰਦਾਤ ਅਸੀਂ ਕਹਿ ਸਕਦੇ ਹਾਂ ਹੋਈ ਸੀ ਭਾਰਤ ਦੇ ਵਿੱਚ ਅੱਜ ਦੇ ਦਿਨ ਪੰਜਾਬ ਨਾਲ ਸੰਬੰਧਿਤ। ਉਹ ਇਸ ਕਰਕੇ ਕਹਿ ਸਕਦੇ ਹਾਂ ਕਿ ਇੰਦਰਾ ਗਾਂਧੀ ਦਾ ਕਤਲ ਜਿਹੜਾ ਅੱਜ ਦੇ ਦਿਨ ਹੋਇਆ ਸੀਗਾ, ਸਤਵੰਤ ਸਿੰਘ ਅਤੇ ਬੇਅੰਤ ਸਿੰਘ ਉਹਨਾਂ ਨੇ ਜਿਹੜੇ ਹੋਇਆ ਸੀਗਾ। ਬਹੁਤ ਸਾਰੇ ਲੋਕ ਜਿੱਥੇ ਅੱਜ ਉਹਨਾਂ ਦੀ ਬਰਸੀ ਮਨਾ ਰਹੇ ਨੇ ਇੰਦਰਾ ਗਾਂਧੀ ਦੀ, ਉੱਥੇ ਹੀ ਸਾਡੇ ਬਹੁਤ ਸਾਰੇ ਲੋਕ ਜਿਹੜੇ ਸਿੱਖ ਭਾਈਚਾਰਾ ਖਾਸ ਤੌਰ 'ਤੇ ਉਹ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੀ ਬਰਸੀ ਮਨਾ ਰਿਹਾ। ਅਤੇ ਉਹ ਇੱਕ ਪਾਸੇ ਜਿੱਥੇ ਬਹੁਤ ਸਾਰੇ ਲੋਕ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਕੁਛ ਕਹਿ ਰਹੇ ਹੋਣਗੇ, ਉਹਨਾਂ ਬਾਰੇ ਕੁਛ ਚੰਗਾ ਮਾੜਾ ਕਹਿ ਰਹੇ ਹੋਣਗੇ, ਉੱਥੇ ਹੀ ਸਾਡੇ ਜਿਹੜੇ ਇੱਕ ਸਿੱਖ ਭਾਈਚਾਰਾ ਹੈਗਾ ਉਹ ਆਪਣੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਸ਼ਹੀਦ ਕਹਿ ਰਹੇ ਆਪਾਂ ਨਾਲ ਨਾਲ, ਵੀ ਉਹਨਾਂ ਨੇ ਇੱਕ ਬੜਾ ਵਧੀਆ ਕੰਮ ਕੀਤਾ ਕਿ ਹਰਿਮੰਦਰ ਸਾਹਿਬ ਦਾ ਜਿਹੜਾ ਬਦਲਾ ਨਾਲ ਦੀ ਨਾਲ ਲਿਆ ਨਾਲ। ਹਾਲਾਂਕਿ ਜੇ ਦੇਖਿਆ ਜਾਵੇ ਤਾਂ ਉਹ ਇੱਕ ਆਮ ਇਨਸਾਨ ਸੀਗੇ, ਉਹ ਅੰਮ੍ਰਿਤਧਾਰੀ ਨਹੀਂ ਸੀਗੇ, ਉਹਨਾਂ ਨੇ ਕੇਸ ਰੱਖੇ ਹੋਏ ਸੀ, ਦਾੜੀਆਂ ਮੇਰੇ ਖਿਆਲ ਸਤਵੰਤ ਸਿੰਘ ਨੇ ਕੱਟੀ ਹੋਈ ਸੀਗੀ, ਪਰ ਉਹਨਾਂ ਦੇ ਵਿੱਚ ਇੱਕ ਚੀਜ਼ ਜਿਹੜੀ ਆਈ, ਜੋਸ਼ ਕਹਿ ਲਓ ਚਾਹੇ ਗੁੱਸਾ ਕਹਿ ਲਓ, ਉਹ ਇੰਨਾ ਜ਼ਿਆਦਾ ਆਇਆ। ਜਦਕਿ ਬਾਡੀਗਾਰਡਾਂ ਦਾ ਕੰਮ ਹੁੰਦਾ, ਬਾਡੀਗਾਰਡ ਦਾ ਮਤਲਬ ਬਾਡੀ ਦੀ ਰੱਖਿਆ ਕਰਨਾ, ਅਤੇ ਬਾਡੀਗਾਰਡਾਂ ਦੇ ਉਹ ਕੀ ਪਲ ਹੋਣਗੇ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆਇਆ ਔਰ ਇਹ ਸੋਚ ਕੇ ਇਹ ਆਇਆ ਹੋਊਗਾ ਕਿ ਉਹਨਾਂ ਨੂੰ ਇਹ 200% ਪਤਾ ਹੋਏਗਾ ਕਿ ਅਗਰ ਅਸੀਂ ਇਹ ਕਰਦੇ ਹਾਂ ਤਾਂ ਬਚਣਾ ਅਸੀਂ ਵੀ ਨਹੀਂ ਹੈ। ਫਿਰ ਵੀ ਇਹਨੂੰ ਅਸੀਂ ਇੱਕ ਜਜ਼ਬਾ, ਇੱਕ ਭਾਵਨਾ ਜਿਹੜੀ ਹੈਗੀ ਆ ਉਹਨੇ ਇਹ ਕੀਤਾ, ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ। ਸੋ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਅਸੀਂ ਗੱਲ ਕਰੀਏ ਬਾਹਰਲੇ ਮੁਲਕਾਂ ਦੀ ਤਾਂ ਉਹਨਾਂ ਦਾ ਸ਼ਹੀਦੀ ਪੁਰਬ ਕਹਿ ਲਓ ਜਾਂ ਉਹਨਾਂ ਦੀ ਯਾਦ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਨੇ 31 ਅਕਤੂਬਰ ਨੂੰ। ਚਲੋ ਇੱਧਰਲੇ ਪਾਸੇ ਆ ਜਾਂਦੇ, ਅਮਰੀਕਾ ਦੀ ਗੱਲ ਕਰਦੇ ਹਾਂ। ਅਮਰੀਕਾ ਦੇ ਵਿੱਚ 31 ਅਕਤੂਬਰ ਨੂੰ ਆ ਹੁਣ ਬਿੱਲ ਵੱਜ ਗਈ ਸਾਡੇ ਵੀ ਬਾਹਰ 10:10 ਵਜੇ ਗੱਲ ਕਰਨ ਦੀ ਦੇਰ ਸੀਗੀ, ਅਤੇ ਇੱਥੇ ਦਾ ਵੀ ਇਉਂ ਕਹਿ ਸਕਦੇ ਵੀ ਅਲੱਗ ਅਲੱਗ ਲੋਕਾਂ ਦੀਆਂ ਅਲੱਗ ਅਲੱਗ ਧਾਰਨਾ, ਅਲੱਗ ਅਲੱਗ ਸੋਚ ਆ, ਅਲੱਗ ਅਲੱਗ ਵਿਚਾਰ ਆ। ਹੁਣ ਜਿਹੜੀ ਬਿੱਲਾਂ ਵੱਜ ਰਹੀਆਂ ਨੇ ਘਰਾਂ, ਇੱਥੇ ਕੈਲੀਫੋਰਨੀਆ ਦੇ ਵਿੱਚ ਹੁਣ 7:30 8 ਹੋਏ ਆ, ਅਤੇ ਹੁਣ ਬਿੱਲ ਵੱਜ ਰਹੀਆਂ ਨੇ, 7 ਵਜੇ ਤੋਂ ਸ਼ੁਰੂ ਹੋਈਆਂ ਸੀ ਇੱਥੇ,
ਅਤੇ ਔਰ ਬਿੱਲ ਜਿਹੜੇ ਨਿਆਣੇ ਨੇ ਮਾਰਦੇ ਵੀ ਇੰਨੇ ਟਿਕਾ ਕੇ ਨੇ ਕਿ ਬਿੱਲ ਉਨੀ ਦੇਰ ਉਂਗਲ ਨਹੀਂ ਚੱਕਦੇ ਜਿੰਨੀ ਦੇਰ ਬੂਹਾ ਨਹੀਂ ਖੋਲ੍ਹਦਾ ਅਗਲਾ। ਇਹ ਬਿੱਲ ਵੱਜਦੀ ਹੈ ਜੀ, ਬੱਚੇ ਜਿਹੜੇ ਹੈਗੇ ਨੇ ਉਹ ਕੈਂਡੀਆਂ ਮੰਗਣ ਆਉਂਦੇ ਨੇ ਅੱਜ ਦੇ ਦਿਨ ਅਮੈਰੀਕਾ ਦੇ ਵਿੱਚ 31 ਅਕਤੂਬਰ ਨੂੰ, ਔਰ ਕੈਂਡੀਆਂ ਲੈ ਕੇ ਉਹ ਵੰਡਦੇ ਨੇ। ਬਾਅਦ ਦੇ ਵਿੱਚ ਬੱਚੇ ਨੂੰ ਇਹਦੇ ਪਿੱਛੇ ਕੀ ਵਿਸ਼ਵਾਸ ਹੈਗਾ ਜਾਂ ਕੀ ਧਾਰਨਾ ਹੈਗੀ ਇਹਦੇ ਬਾਰੇ ਮੈਨੂੰ ਨਹੀਂ ਪਤਾ, ਉਹ ਤੁਹਾਡੇ ਸਾਡੇ ਦਰਸ਼ਕਾਂ ਵਿੱਚੋਂ ਕਿਸੇ ਨੂੰ ਪਤਾ ਹੋਊ ਤੁਹਾਨੂੰ ਤਾਂ ਜ਼ਰੂਰ ਜ਼ਿਕਰ ਕਰਿਓ। ਕੋਈ ਹਾਲੋਵਿੰਡੇ, ਹਾਲੋਵਿੰਡੇ, ਹਾਲੋਵਿੰਡ, ਅੱਜ ਹਾਲੋਵਿੰਡੇ, ਇੱਥੇ ਹਾਲੋਵਿੰਡੇ ਵਾਲੇ ਦਿਨ ਕੈਂਡੀਆਂ ਬੱਚੇ ਕਿਉਂ ਮੰਗਦੇ ਨੇ, ਕੀ ਉਹਨਾਂ ਦਾ ਕਰਦੇ ਨੇ, ਕੀ ਇਹਦੇ ਪਿੱਛੇ ਲੌਜਿਕ ਹੋ ਸਕਦਾ, ਕੀ ਇਹਦੇ ਪਿੱਛੇ ਸੋਚ ਹੋ ਸਕਦੀ ਹੈ। ਸੋ ਹਾਲੋਵਿੰਡ ਦਾ ਮਤਲਬ ਸਿੱਧਾ ਸਿੱਧਾ ਆਪਾਂ ਨੂੰ ਪਤਾ ਵੀ ਅੱਜ ਭੂਤਾਂ ਦਾ ਦਿਨ ਹੈਗਾ, ਇਹ ਲੋਕ ਭੂਤਾਂ ਦਾ ਦਿਨ ਮਨਾਉਂਦੇ ਨੇ ਜੀ। ਔਰ ਆਪਣੇ ਕੋਈ ਨਿਆਣਾ ਜੇ ਕੋਈ, ਜਾਂ ਅਸੀਂ ਵੀ ਖੁਦ ਜਦੋਂ ਕਿਤੇ ਸਿਵਿਆਂ ਸਿਵਿਆਂ ਕੋਲ ਦੀ ਲੰਘਦੇ ਸੀ ਤਾਂ ਕੋਈ ਵੈਸੇ ਵੀ ਦੇਖ ਜਾਂਦਾ ਸੀ ਖੋਪੜੀ ਖੋਪੜੀ, ਤਾਂ 3 ਦਿਨ ਬੁਖਾਰ ਨਹੀਂ ਉਤਰਦਾ ਸੀ। ਅਤੇ ਅੱਜ ਦਿਨ ਚਾਅ ਦੇ ਨਾਲ ਖੋਪੜੀਆਂ ਟੰਗਦੇ ਨੇ ਘਰੇ, ਔਰ ਇਹੋ ਜਿਹਾ ਕੁਛ ਲਾ ਗਈਆਂ ਇਲੈਕਟ੍ਰੋਨਿਕ ਬਿਜਲੀ ਵਾਲਾ ਜਾਂ ਸੈੱਲਾਂ ਵਾਲੀਆਂ ਚੀਜ਼ਾਂ, ਉਹ ਭੂਤ ਸੱਚੀ 3 ਜਣੇ ਬੈਠੇ ਨੇ ਤਾਸ਼ ਖੇਡੀ ਜਾਂਦੇ ਨੇ। ਮੈਂ ਕਿਹਾ ਆਹ ਚੰਗੇ ਭੂਤ ਆ ਵੀ ਵਿਹਲਾ ਟਾਈਮ ਪਾਸ ਕਰ ਰਹੇ ਨੇ, ਸਟੋਰਾਂ ਦੇ ਉੱਪਰ ਪਏ ਨੇ ਸਟੈਚੂ ਜੇ, ਨਾਲ ਉਹ ਕਰਿਆ ਹੋਇਆ ਐਂ ਉਹ ਮਸ਼ੀਨ ਜੀ ਆਉਂਦੀ, ਮਸ਼ੀਨ ਜੀ ਜਾਂਦੀ ਤਾਂ ਉਹ ਐਂ ਕਰਦੇ ਹਾ 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 ਫਿਰ ਹੱਸਦੇ ਨੇ। ਸੋ ਆਮ ਬੰਦਾ ਤਾਂ ਦੇਖ ਕੇ ਡਰ ਜਾਂਦਾ। ਸੋ ਭੂਤਾਂ ਦਾ ਦਿਨ ਮਨਾਉਂਦੇ ਨੇ ਜੇ ਬਾਹਰਲੇ ਮੁਲਕਾਂ ਦੀ ਗੱਲ ਕਰੀਏ, ਲੋਕਾਂ ਦੀ ਗੱਲ ਕਰੀਏ, ਤਕਰੀਬਨ ਹਰ ਦਿਨ ਬਣਾ ਰੱਖੇ ਇਹਨਾਂ ਨੇ ਮਦਰ ਡੇ, ਫਾਦਰ ਡੇ, ਥੈਂਕਸ ਗਿਵਿੰਗ ਡੇ, ਗੁੱਡ ਫਰਾਈਡੇ ਕਿ ਬੈਡ ਫਰਾਈਡੇ, ਇਹੋ ਜਿਹੇ ਸਾਰੇ ਦਿਨ ਜਿਹੜੇ ਨੇ ਇਹ ਮਨਾਉਂਦੇ ਨੇ। ਔਰ ਆਪਣੇ ਜਿਹੜੇ ਦਿਨ ਪਹਿਲਾਂ 3 ਹੀ ਹੁੰਦੇ ਸੀਗੇ, ਹੁਣ ਗਾਂਹ ਦੀ ਗਾਂਹ ਹੁਣ ਸ਼ੁਰੂ ਹੋਏ ਹੌਲੀ ਹੌਲੀ। ਪਹਿਲਾਂ ਜੇ ਭਾਰਤ ਦੀ ਗੱਲ ਕਰੀਏ, ਭਾਰਤੀ ਸਰਕਾਰ ਦੀ ਗੱਲ ਕਰੀਏ, ਭਾਰਤ ਦੇ ਸੰਵਿਧਾਨ ਦੀ ਗੱਲ ਕਰੀਏ, ਤਾਂ ਦਿਨ 3 ਹੀ ਹੁੰਦੇ, 26 ਜਨਵਰੀ, 15 ਅਗਸਤ ਅਤੇ 2 ਅਕਤੂਬਰ ਬਾਪੂ ਗਾਂਧੀ ਦਾ ਜਨਮ ਦਿਨ। 3 ਛੁੱਟੀਆਂ ਪੱਕੀਆਂ, ਬਾਕੀਆਂ ਦਾ ਕੋਈ ਪਤਾ ਨਹੀਂ। ਪਰ ਇੱਧਰਲੇ ਮੁਲਕਾਂ ਦੇ ਜਿਹੜੇ ਹੈਗੇ ਨੇ ਸਾਰੇ ਦਿਨ ਮਨਾਉਂਦੇ ਨੇ। ਭੂਤਾਂ ਦੀ ਜੇ ਗੱਲ ਕਰੀਏ, ਅਸੀਂ ਭੂਤਾਂ ਦੀ, ਅਸੀਂ ਇਹ ਕਹਿੰਦੇ ਕਿ ਭੂਤ ਹੈ ਨਹੀਂ, ਬਾਹਰਲੇ ਲੋਕ ਕਹਿੰਦੇ ਭੂਤ ਹੈ ਨਹੀਂ, ਸਾਇੰਸਦਾਨ ਕਹਿੰਦੇ ਭੂਤ ਹੈ ਨਹੀਂ, ਪਰ ਜਿੰਨਾ ਭੂਤਾਂ ਨੂੰ ਇਹ ਮੰਨਦੇ ਨੇ, ਜਿੰਨਾ ਭੂਤਾਂ ਨੂੰ ਇਹ ਮਤਲਬ ਮਨਾਉਂਦੇ ਨੇ ਦਿਨ ਉਹਨਾਂ ਦੇ, ਉਹਦੇ ਨਾਲ ਦਾ ਕੋਈ ਹਿਸਾਬ ਹੈ ਨਹੀਂ। ਪਰ ਗੋਰੇ ਇਹ ਕਹਿੰਦੇ ਨੇ ਕਿ ਭੂਤ ਹੈਗੇ ਆ, ਇਹ ਕਹਿੰਦੇ ਭੂਤ ਹੈਗੇ ਆ। ਇੱਕ ਹੋਲੋ ਸਵੀਟ ਰੋਡ ਮੈਂ ਦਿਖਾਈ ਵੀ ਸੀ ਪਿੱਛੇ 2-3 ਸਾਲ ਪਹਿਲਾਂ ਸ਼ਾਇਦ, ਨਿਊਯਾਰਕ ਦੇ ਵਿੱਚ ਹੈਗੀ ਆ, ਅਤੇ ਉੱਥੇ ਦੀਆਂ ਫੋਟੋਆਂ ਜਿਹੜੀਆਂ ਆਉਂਦੀਆਂ ਨੇ ਉਹਦੇ ਪਿੱਛੇ ਲੌਜਿਕ ਕੀ ਹੈ। ਮੈਂ ਕੋਸ਼ਿਸ਼ ਕੀਤੀ ਸੀ ਜਾਣ ਦੀ, ਮੈਂ ਵੀ ਜਾ ਕੇ ਆਵਾਂ, ਅਤੇ ਫਿਰ ਘਰਦਿਆਂ ਨੇ ਨਹੀਂ ਜਾਣ ਦਿੱਤਾ, ਕਹਿੰਦੇ ਵੀ ਕੀ ਪਤਾ ਭੂਤ ਤੇਰੇ ਤੋਂ ਤਕੜਾ ਹੋਇਆ ਤਾਂ ਤੈਨੂੰ ਹੋਰ ਨਾ ਉੱਥੇ ਕੋਈ ਨੇਕੀ ਕਰਦਾ, ਅਸੀਂ ਲੱਭਦੇ ਫਿਰਾਂਗੇ। ਤਾਂ ਵੈਸੇ ਲੋਕ ਜਿਹੜੇ ਉੱਥੇ ਜਾਂਦੇ ਨੇ ਉਹਦੇ ਪਿੱਛੇ ਸਾਇੰਸ ਆ ਜਾਂ ਕੀ ਹੈ, ਉੱਥੇ ਕਹਿੰਦੇ ਵੀ ਦਿਸਦਾ ਜਦੋਂ ਅਸੀਂ ਫੋਟੋ ਖਿੱਚਦੇ ਤਾਂ ਉਹਦੇ ਇੱਕ ਵਾਈਟ ਕੱਪੜਿਆਂ ਵਾਲੀ ਪਿੱਛੇ ਵਿੱਚ ਫੋਟੋ ਆਉਂਦੀ ਹੈ, ਵਾਈਟ ਕੱਪੜਿਆਂ ਦੀ, ਜਿਹੜੇ ਬੰਦਾ ਦਿਸਦਾ ਵੈਸੇ ਨਹੀਂ ਦਿਸਦਾ ਫੋਟੋ ਦੇ ਵਿੱਚ, ਉਹ ਦਿਸਦਾ। ਚਲੋ ਜੀ, ਉਹ ਕੋਈ ਭੂਤ ਵੀ ਨਰਿੰਦਰ ਮੋਦੀ ਵਰਗਾ ਹੋਣਾ ਜਿਹੜਾ ਕਿ ਆਪਣਾ ਉਹ ਜਿੱਧਰ ਨੂੰ ਕੈਮਰਾ ਦੇਖਦਾ ਉੱਧਰਲੇ ਪਾਸੇ ਇੱਕਦਮ ਮੁੜ ਜਾਂਦੇ। ਮੋਦੀ ਸਾਹਿਬ ਦੀਆਂ ਬਹੁਤ ਸਾਰੀਆਂ ਤਸਵੀਰਾਂ ਇਹੋ ਜਿਹੀਆਂ ਹੈਗੀਆਂ ਕਿ ਬਾਕੀ ਸਾਰੇ ਆਪੋ ਆਪਣਾ ਕੰਮ ਕਰ ਰਹੇ ਹਨ ਅਤੇ ਮੋਦੀ ਸਾਹਿਬ ਕੈਮਰੇ ਵਾਲੀ ਦੇਖਦੇ ਨੇ। ਚਲੋ ਖੈਰ, ਆਪਾਂ ਮੋਦੀ ਸਾਹਿਬ ਦੀ ਗੱਲ ਨਹੀਂ ਕਰਦੇ, ਭੂਤਾਂ ਦੀ ਗੱਲ ਕਰਦੇ ਹਾਂ। ਪੰਜਾਬ ਦੀ ਗੱਲ ਕਰੀਏ, ਸਾਡੀ ਗੱਲ ਕਰੀਏ, ਪੰਜਾਬੀਆਂ ਦੀ ਗੱਲ ਕਰੀਏ, ਤਾਂ ਪੰਜਾਬੀਆਂ ਦੇ ਵਿੱਚ ਕਈ ਕਿਸਮ ਦੇ ਭੂਤ ਹੁੰਦੇ ਆ। ਕਈ ਕਿਸਮ ਦੇ ਭੂਤ ਇਹ ਹੈ, ਕੁਛ ਤਾਂ ਹੁੰਦੇ ਵੀ ਹੋਣਗੇ, ਅਸਲੀ ਵੀ ਹੁੰਦੇ ਹੋਣਗੇ, ਮੈਨੂੰ ਪਤਾ ਨਹੀਂ। ਹੁਣ ਬੰਦੇ ਕਹਿੰਦੇ ਵੀ ਗੱਲ, ਬੰਦੇ ਦੋ ਗੱਲਾਂ ਕਰਦੇ ਸੀ ਵੀ ਉਹ ਕਹਿੰਦੇ ਭੂਤ ਭਾਤ ਹੁੰਦੇ, ਉਹ ਕਹਿੰਦੇ ਦੂਜਾ ਕਹਿੰਦਾ ਨਹੀਂ ਨਹੀਂ ਭੂਤ ਕੋਈ ਨਹੀਂ ਹੁੰਦਾ, ਵਹਿਮ ਹੀ ਹੁੰਦਾ ਸਾਰਾ। ਇੱਦਾਂ ਹੀ ਉਹ ਕਹਿੰਦੇ ਵੀ ਭੂਤ ਕੋਈ ਬੈਠੇ ਸੀ ਤਾਰਾਂ ਦੇ ਉੱਤੇ, ਉਹ ਵੀ ਗੱਲਾਂ ਕਰਦੇ ਸੀ। ਉਹ ਕਹਿੰਦਾ ਕੱਲ੍ਹ ਮੈਂ ਬੰਦਾ ਦੇਖਿਆ ਤੇ ਉਹ ਦੂਜਾ ਭੂਤ, ਕਹਿੰਦਾ ਨਹੀਂ ਨਹੀਂ ਬੰਦਾ ਬੰਦੇ ਕੋਈ ਨਹੀਂ ਹੁੰਦੇ, ਤੇਰਾ ਵਹਿਮ ਹੀ। ਸੋ ਇਹ ਕਿਹਦਾ ਵਹਿਮ ਹੈ ਇਹ ਹਜੇ ਤੱਕ ਨਹੀਂ ਪਤਾ ਲੱਗਿਆ। ਪਰ ਸਾਡੇ ਭੂਤਾਂ ਦੀ ਜੇ ਗੱਲ ਕਰੀਏ, ਸਾਡੇ ਭੂਤ ਜਿਹੜੇ ਹੈਗੇ ਨੇ ਉਹ ਅਸੀਂ ਆਪ ਕ੍ਰੀਏਟ ਕੀਤੇ ਹੁੰਦੇ ਨੇ, ਜਿਹੜੇ ਲੋਕਾਂ ਨੂੰ ਡਰਾਉਂਦੇ ਨੇ। ਉਹਨਾਂ ਦੇ ਵਿੱਚੋਂ ਕੁਝ ਭੂਤ ਜਿਹੜੀਆਂ ਸਰਕਾਰਾਂ ਕ੍ਰੀਏਟ ਕਰਦੀਆਂ ਨੇ, ਕੁਝ ਭੂਤ ਪੁਲਿਸ ਵਾਲੇ ਕ੍ਰੀਏਟ ਕਰਦੇ ਨੇ, ਕੁਝ ਭੂਤ ਘਰਾਂ ਦੀ ਗੱਲ ਕਰੀਏ, ਸੋਸ਼ਲ ਲਾਈਫ ਦੀ ਗੱਲ ਕਰੀਏ, ਤਾਂ ਅਸੀਂ ਆਪ ਕ੍ਰੀਏਟ ਕਰਦੇ ਹਾਂ ਘਰਦਿਆਂ ਤੋਂ ਗੱਲਾਂ ਮਨਵਾਉਣ ਵਾਸਤੇ, ਕਈ ਗੱਲਾਂ ਮਨਵਾਉਣ ਵਾਸਤੇ। ਜਾਂ ਫਿਰ ਵੱਡਾ ਤਾਇਆ ਆ ਜਾਂਦਾ ਵਿੱਚ, ਉਹਦੀ ਆਤਮਾ ਆ ਜਾਂਦੀ ਹੈ, ਜਾਂ ਵੱਡੀ ਮਾਸੀ ਦੀ ਆਤਮਾ ਆ ਜਾਂਦੀ ਹੈ ਵੀ ਆਹ ਗੱਲ ਮੰਨੋ ਨਹੀਂ ਤਾਂ ਮੈਂ ਫਿਰ ਤੁਹਾਡਾ ਨੁਕਸਾਨ ਕਰੂੰਗੀ। ਔਰ ਸਾਡੀ ਫਿਤਰਤ ਜਿਹੜੀ ਇਹ ਹੈ, ਚਾਹੇ ਉਹਦੇ 'ਚ ਮੈਂ ਹੋਵਾਂ ਚਾਹੇ ਤੁਸੀਂ ਹੋਵੋ, ਅਸੀਂ ਕਹਿੰਦੇ ਵੀ ਚੱਲ ਯਾਰ ਕੀ ਫਰਕ ਪੈਂਦਾ, ਇਹ ਗੱਲ ਆਪਾਂ ਕਰ ਲੈਂਦੇ ਹਾਂ। ਕਾਲਾਂ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ, ਪਰ ਕਾਲਾਂ ਮੈਂ ਲਊਂਗਾ ਹਜੇ ਥੋੜ੍ਹੀ ਦੇਰ ਬਾਅਦ ਅਗਲੇ ਸੈਗਮੈਂਟ ਦੇ ਵਿੱਚ, ਦਵਿੰਦਰ ਹੋਠੀ ਨਾਲ ਥੋੜ੍ਹੀ ਦੇਰ ਭੂਤਾਂ ਵਾਸਤੇ ਗੱਲਬਾਤ ਕਰਾਂਗੇ। ਸਾਡਾ ਸਮਾਨ ਜਿਹੜਾ ਸਾਰਾ ਸਟੂਡੀਓ ਦਾ ਸੈਟਅਪ ਹੈ ਉਹ ਵੈਸੇ ਤਕਰੀਬਨ ਗੱਡੀ ਦੇ ਵਿੱਚ ਪਿਆ, ਅਤੇ ਅੱਜ ਮੈਂ ਫਿਰ ਇੱਕ ਮੈਂ ਕਿਹਾ ਵੀ ਅੱਜ ਜਿਹੜੀ ਗੱਲਬਾਤ ਕਰਨੀ ਕਾਲਾਂ ਲੈ ਕੇ, ਇੰਨਾ ਕੁ ਸਮਾਨ ਮੈਂ ਲਾ ਕੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕਾਲਾਂ ਜਿਹੜੀਆਂ ਅਗਲੀ ਬ੍ਰੇਕ ਤੋਂ ਬਾਅਦ ਲਵਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦਵਿੰਦਰ ਹੋਠੀ ਨਾਲ ਗੱਲਬਾਤ ਕਰਾਂਗੇ। ਦੇਖਦੇ ਰਹੋ ਜਸ ਪੰਜਾਬੀ।
ਇਸ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਜੀ ਤੇ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਸੀ ਭੂਤਾਂ ਦੇ ਨਾਲ ਤੇ ਦਵਿੰਦਰ ਹੋਠੀ ਦਾ ਫੋਨ ਮਿਲਿਆ ਸੀ ਉਹ ਕੱਟ ਗਿਆ ਵਿੱਚੋਂ ਮੈਂ ਕਿਹਾ ਚਲੋ ਗੱਲਬਾਤ ਉਹਦੀ ਕਰ ਲਈਏ ਮੁੜ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਦਵਿੰਦਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾੜਾ ਫੋਨ ਤੁਸੀਂ ਕੱਟ ਦਿੰਦੇ ਸਾਡਾ ਅੱਜ ਕੱਲ ਕੀ ਚੱਕਰ ਆ ਵੈਸੇ ਫੋਨ 'ਚ ਫੋਨ ਵੱਜ ਗਿਆ ਭਾਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪਣੇ ਸਾਰੇ ਦਰਸ਼ਕਾਂ ਨੂੰ ਹਲੋਵੀਨ ਦੀਆਂ ਬਹੁਤ ਬਹੁਤ ਮੈਨੂੰ ਪਤਾ ਨੀ ਕੀ ਕਹਾਂ ਵਧਾਈਆਂ ਕਿ ਡਰਾਈਆਂ ਕਿਉਂਕਿ ਅਜੇ ਭੂਤਾਂ ਦਾ ਦਿਨ ਹੈ ਡਰ ਵੀ ਮਾੜਾ ਮਾੜਾ ਲੱਗ ਰਿਹਾ ਡਰਾਈਆਂ ਡਰਾਈਆਂ ਹੈ ਨਾ ਇਹ ਵੈਸੇ ਕਈ ਲੋਕ ਬਹੁਤ ਡਰਦੇ ਭੂਤਾਂ ਤੋਂ ਡਰਦੇ ਹੋ ਭੂਤਾਂ ਤੋਂ ਮਤਲਬ ਕਦੇ ਲੱਗਿਆ ਵੀ ਭੂਤ ਆਇਆ ਸਾਡੇ ਹੁਣ ਸਾਡੇ ਆ ਟੀਮ ਆਈ ਨਿਊਯਾਰਕ ਤੋਂ ਰਸਤੇ ਵਿੱਚ ਕਹਿੰਦੇ ਇੱਕ ਸ਼ਹਿਰ 'ਚ ਠਹਿਰੇ ਅਸੀਂ ਠਹਿਰਨਾ ਪਿਆ ਬਰਫ਼ ਕਰਕੇ ਹਾਂਜੀ ਤੇ ਉੱਥੇ ਸਾਰੀ ਰਾਤ ਹੀ ਕਹਿੰਦੇ ਆਵਾਜ਼ਾਂ ਜਿਹੀਆਂ ਆਈ ਗਈਆਂ ਵੀ ਸਾਨੂੰ ਐਂ ਲੱਗਿਆ ਵੀ ਭੂਤ ਹੁਣ ਵੀ ਆਇਆ ਤੇ ਹੁਣ ਵੀ ਆਇਆ ਹੁਣ ਵੀ ਆਇਆ ਮੈਂ ਕਿਹਾ ਚਲੋ ਪਤਾ ਨੀ ਵੀ ਹੋ ਸਕਦਾ ਆਇਆ ਹੋਵੇ ਦੇਖੋ ਵੀ ਚੱਕਰ ਇਹ ਆ ਜਿੱਦਾਂ ਹੁਣ ਮੈਨੂੰ ਡਰ ਤਾਂ ਨਹੀਂ ਲੱਗਦਾ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਡਰ ਲੱਗਣ ਲੱਗ ਪਿਆ ਹੁਣੇ ਜਦੋਂ ਆਪਣੇ ਫੋਨ ਦੇ ਵਿੱਚ ਜਦੋਂ ਵਿੱਚ ਫੋਨ ਆ ਗਿਆ ਦੂਸਰਾ ਆਪਣੇ ਚਰਨ ਭੰਡਾਰ ਦਾ ਇੱਥੋਂ ਫਿਰ ਜਦੋਂ ਉਹ ਵੀ ਇਹੀ ਗੱਲ ਕਰਦਾ ਕਹਿੰਦਾ ਵੀ ਮੈਂ ਨਿੱਕਾ ਹੁੰਦਾ ਬਹੁਤ ਡਰਦਾ ਹੁੰਦਾ ਭੂਤਾਂ ਤੋਂ ਉਹ ਵੀ ਇਹੀ ਗੱਲ ਕਰਨ ਲੱਗੇ ਨਿੱਕੇ ਹੁੰਦੇ ਤਕਰੀਬਨ ਸਾਰੇ ਹੀ ਡਰਦੇ ਸੀ ਇੱਥੇ ਸਾਡੇ ਆਪਣੇ ਹੁਣ ਜਿਹੜੇ ਵੱਡੇ ਬੰਦੇ ਬਹੁਤ ਹੈਗੇ ਨੇ ਉਹ ਵੀ ਦੱਸਦੇ ਵੀ ਅਸੀਂ ਬਾਥਰੂਮ ਕਰਨ ਵੀ ਨੀ ਬਾਹਰ ਇਕੱਲੇ ਜਾਂਦੇ ਸੀ ਜਿਵੇਂ ਪਿੰਡਾਂ ਦੇ ਵਿੱਚ ਵਿਹੜੇ ਦੇ ਬਾਹਰ ਬਾਥਰੂਮ ਹੁੰਦਾ ਸੀ ਨਾਲ ਲੈ ਕੇ ਜਾਣਾ ਮੰਮੀ ਨੂੰ ਜਾਂ ਕਿਸੇ ਨੂੰ ਔਰ ਨਾਲ ਦੀ ਨਾਲ ਅੰਦਰ ਬਾਥਰੂਮ ਦੇ ਵੜ ਕੇ ਉਹਨੂੰ ਕਹਿਣਾ ਵੀ ਮੇਰੇ ਨਾਲ ਗੱਲਾਂ ਕਰੀ ਆ ਭੂਤ ਆਜੂ ਬਾਲੂ ਆਜੂ ਭਾਉ ਆਜੂ ਹੁੰਦਾ ਬਾਅਦ ਵਿੱਚ ਕੁਛ ਵੀ ਨੀ ਹੈ ਨਾ ਬਾਅਦ ਵਿੱਚ ਜਦੋਂ ਬੱਚਾ ਡਰਦਾ ਮਾਉ ਤੋਂ ਉਦੋਂ ਕੰਤੇ ਉਹਦੇ ਛੱਡਦੇ ਕਿਹੜਾ ਮਾਉ ਜਾ ਕੇ ਕੰਮ ਕਰ ਆਪਣਾ ਬਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੁਣੀਆਂ ਸੁਣਾਈਆਂ ਹੁੰਦੀਆਂ ਅਸੀਂ ਆਪ ਨੀ ਦੇਖੀ ਹੁੰਦੀ ਔਰ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਵੀ ਜਿਹੜੇ ਕਹਿੰਦੇ ਭੂਤ ਹੈਗੇ ਮੈਂ ਕਿਹਾ ਤੁਸੀਂ ਦੇਖਿਆ ਨਹੀਂ ਅਸੀਂ ਨੀ ਦੇਖਿਆ ਸਾਡੇ ਖਾਸ ਬੰਦੇ ਸੀ ਉਹਨਾਂ ਨੇ ਦੇਖਿਆ ਬਸ ਬਸ ਜਾਂ ਕਹਿਣਗੇ ਜਦੋਂ ਨਿੱਕੇ ਹੁੰਦਿਆਂ ਨੇ ਦੇਖਿਆ ਜਾਂ ਕਹਿਣਗੇ ਨਿੱਕੇ ਹੁੰਦਿਆਂ ਨੇ ਦੇਖਿਆ ਜੇ ਕੋਈ ਕਹਿੰਦੇ ਹੁਣ ਦੇਖਿਆ ਵੱਡੇ ਹੋਇਆਂ ਨੇ ਦੇਖਿਆ ਕਦੀ ਦਿਸਿਆ ਕੋਈ ਵੀ ਨਹੀਂ ਬੰਦਾ ਤੁਹਾਨੂੰ ਮਿਲਣਾ ਜਿਹੜਾ ਮਿਲੂਗਾ ਕਦੇ ਝੂਠ ਹੀ ਬੋਲਦਾ ਹੋਊਗਾ ਹਨਾ ਨਹੀਂ ਪਰ ਇਹ ਦੇਖੋ ਨਹੀਂ ਪਰ ਇਧਰਲੇ ਮੁਲਕਾਂ ਦੀ ਗੱਲ ਕਰੀਏ ਇਧਰਲੇ ਲੋਕ ਮੁਲਕਾਂ ਤੇ ਬਕਾਇਦਾ ਮੰਨਦੇ ਨੇ ਭੂਤਾਂ ਜੇ ਹੁਣ ਭੂਤਾਂ ਦਿਨ ਮਨਾ ਸਕਦੇ ਨੇ ਤਾਂ ਮਤਲਬ ਮੰਨਦੇ ਹੀ ਹੋਣਗੇ ਦੇਖੋ ਭੂਤਾਂ ਦਾ ਦਿਨ ਮੰਨਦੇ ਆ ਇੱਦਾਂ ਆਪਣੇ ਅਮਰੀਕਨ ਕ੍ਰਾਂਤੀ ਦੇ ਉੱਤੇ ਲਿਖਿਆ ਤੇ ਗੋਡ ਵੀ ਡਰਾਫਟ ਇਹ ਵੀ ਲਿਖਿਆ ਆ ਪਰ ਉਹ ਚੀਜ਼ ਤੋਂ ਹਟ ਕੇ ਨਾਲ ਨਾਲ ਆਪਣਾ ਸਾਇੰਸ ਦਾ ਪ੍ਰੋਜੈਕਟ ਵੀ ਕਰੀ ਜਾਂਦੇ ਆ ਹਨਾ ਦੂਜੀ ਚੀਜ਼ ਕਰੀ ਜਾਂਦੇ ਆ ਦਿਨ ਮੰਨਦੇ ਆ ਇਹਨੂੰ ਡੈਥ ਡੇ ਵੀ ਮੰਨਿਆ ਜਾਂਦਾ ਇਹ ਫਿਰ ਧਾਰਮਿਕ ਇਸ਼ੂ ਆ ਬਹੁਤੇ ਤਿਉਹਾਰ ਆਪਣੇ ਵੀ ਜਿਹੜੇ ਭਾਰਤ ਵਿੱਚ ਵੀ ਮਨਾਏ ਜਾਂਦੇ ਉਹ ਧਾਰਮਿਕ ਹੀ ਹੁੰਦੇ ਆ ਹਨਾ ਜਾਂ ਧਰਮ ਨਾਲ ਰਿਲੇਟਡ ਜਾਂ ਧਰਮ ਨਾਲ ਰਿਲੇਟਡ ਹੁੰਦੇ ਆ ਉਹ ਇਹੋ ਚੀਜ਼ਾਂ ਆ ਤੇ ਬਾਕੀ ਜਿੱਦਾਂ ਬੱਚਿਆਂ ਦਾ ਚਲੋ ਫਨ ਵੀ ਹੋ ਜਾਂਦਾ ਕਈ ਚੀਜ਼ਾਂ ਆਉਂਦੀਆਂ ਇਕਨੋਮੀ ਮੂਵ ਹੋਣੀ ਆ ਬਹੁਤ ਕੁਛ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਬਾਕੀ ਜਿਹੜੀ ਅਸਲੀ ਗੱਲ ਭੂਤਾਂ ਵਾਲੀ ਹੁਣ ਆਪਾਂ ਆਪਣੇ ਤੇ ਗੱਲ ਲਾ ਲਈਏ ਤੁਹਾਡੇ ਤੇ ਲਾ ਲਈਏ ਕਦੀ ਡਾਇਰੈਕਟਲੀ ਭੂਤ ਕਦੇ ਦੇਖਿਆ ਨਹੀਂ ਮੈਂ ਨਹੀਂ ਦੇਖਿਆ ਮੈਂ ਨਿੱਕਾ ਹੁੰਦਾ ਇੱਦਾਂ ਡਰਦੇ ਇੱਦਾਂ ਰਹੇ ਬਹੁਤ ਤੇ ਪਰ ਮੈਂ ਉਦੋਂ ਬਾਅਦ ਹੁਣ ਜਦੋਂ ਥੋੜ੍ਹਾ ਜਿਹਾ ਅਵੇਅਰ ਹੋ ਗਏ ਜਾਂ ਔਖਾ ਟਾਈਮ ਆਉਣ ਤੇ ਬੜਿਆਂ ਬਾਬਿਆਂ ਕੋਲ ਜਾਏ ਕਿਸੇ ਕੋਲ ਜਾਏ ਤੇ ਉਦੋਂ ਬਾਅਦ ਹੁਣ ਇਹ ਲੱਗਦਾ ਹੈ ਹੁਣ ਕਈ ਵਾਰੀ ਨਿਆਣੇ ਕਹਿ ਦਿੰਦੇ ਨੇ ਬੇਟਾ ਕਹਿ ਦਿੰਦਾ ਵੀ ਨਹੀਂ ਮੈਂ ਉੱਥੇ ਸਵੀਟ ਹੋਲ ਰੋਡ ਆ ਸਾਡੇ ਇੱਕ ਨਿਊਯਾਰਕ ਮੈਂ ਜਾਣਾ ਚਾਹੁੰਦਾ ਸੀ ਉੱਥੇ ਜਾਣ ਨੀ ਦਿੱਤਾ ਨਹੀਂ 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 ਮੈਂ ਕਿਹਾ ਮੈਂ ਤਾਂ ਚਾਹੁੰਦਾ ਹੁਣ ਕੋਈ ਮੈਨੂੰ ਭੂਤ ਟੱਕਰੇ ਕੋਈ ਕੰਮ ਕੁੰਮ ਕਰਾਈਏ ਹੁਣ ਇਸ ਉਮਰ ਚ ਆਪ ਆਰਾਮ ਨਾਲ ਬੈਠੀ ਟੌਰ ਦੇ ਨਾਲ ਹੁਕਮ ਮੇਰੇ ਆਕਾ ਤੇ ਉਹਨੂੰ ਬਸ ਕਹਿ ਚੱਲ ਐਂ ਕਰ ਵੀ ਹੁਣ ਜੱਗੀ ਬਣ ਕੇ ਪ੍ਰੋਗਰਾਮ ਕਰਦੇ ਅੱਜ ਆਪਦਾ ਘਰ ਦੇ ਗੱਲ ਨਹੀਂ ਮੰਨਦੇ ਤੂੰ ਭੂਤਾਂ ਥਰੂ ਮਨਾਉਂਦੇ ਨੇ ਇੱਕ ਤਾਂ ਚੀਜ਼ ਇਹ ਵੀ ਹੈਗੀ ਹੈ ਇੱਕ ਅਸੀਂ ਬਹੁਤ ਸਾਰੀਆਂ ਆਪਾਂ ਦੇਖੀਆਂ ਚੀਜ਼ਾਂ ਦਾ ਵੀਡੀਓ ਦੇਖੀਆਂ ਨੇ ਬੜਾ ਇੰਨਾ ਜੋਸ਼ ਆ ਜਾਂਦਾ ਉਹਦੇ ਵਿੱਚ ਤੇ ਫਿਰ ਉਹ ਬਾਬਾ ਪਾਣੀ ਦੇ ਛਿੱਟਾ ਮਾਰਦਾ ਤੇ ਉਹ ਸ਼ਾਂਤ ਹੋ ਜਾਂਦੇ ਨੇ ਇਹ ਲੱਗਦਾ ਵਾਕਿਆ ਵੀ ਉਹਦੇ ਚ ਕੋਈ ਭੂਤ ਪਾਤ ਹੈਗਾ ਚਲੋ ਅਸੀਂ ਉਧਰਲੇ ਪਾਸੇ ਬਾਅਦ ਜਾਵਾਂਗੇ ਪਹਿਲਾਂ ਕਵਿਤਾ ਵਾਲੇ ਪਾਸੇ ਚੱਲਾਂਗੇ ਤੇ ਕੀ ਵਿਚਾਰ ਨੇ ਤੁਹਾਡੇ ਅੱਜ ਅਸੀਂ ਕਾਫੀ ਦੇਰ ਬਾਅਦ ਫਿਰ ਭੂਤਾਂ ਦੀ ਗੱਲ ਕਰ ਰਹੇ ਹਾਂ ਔਰ ਮੇਰੇ ਖਿਆਲ ਤੁਹਾਡਾ ਹਾਲ ਵਾਲ ਡੇ ਵਾਲੇ ਦਿਨ ਤਾਂ ਕਾਫੀ ਦੇਰ ਬਾਅਦ ਵਾਹ ਵਾਸਤਾ ਪਿਆ ਹਲੋਵੀਨ ਆਇਆ ਜੀ ਕਾਫੀ ਚਿਰਾਂ ਬਾਅਦ ਆਪਣਾ ਇੱਕ ਦੋ ਵਾਰੀ ਵਿੱਚ ਗਿਫਟ ਆਏ ਹੁੰਦੇ ਜਾਂ ਮੈਂ ਬਿਜੀ ਹੋ ਜਾਂਦਾ ਆਪਾਂ ਨਹੀਂ ਹਲੋਵੀਨ ਤੇ ਮੁੱਕੇ ਕਾਫੀ ਚਿਰਾਂ ਬਾਅਦ ਦੇਖੋ ਜਿਹੜਾ ਜਿੱਥੇ ਤੱਕ ਰਹੀ ਭੂਤਾਂ ਦੀ ਗੱਲ ਆਪਾਂ ਕਰਦੇ ਹਾਂ ਨਾ ਤੇ ਬਣਦਾ ਕੌਣ ਹੈ ਭੂਤ ਕਿੱਦਾਂ ਦੇ ਇਨਸਾਨ ਜਿਹੜੇ ਭੂਤ ਬਣਦੇ ਜੇ ਮੰਨ ਲਓ ਕਿ ਸੱਚੀ ਭੂਤ ਹੈਗੇ ਆ ਕਿਤੇ ਮੰਨ ਲਓ ਕਿਸੇ ਕਿਸੇ ਸਿਆਣੇ ਬੰਦੇ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਪੁੱਤ ਵੀ ਜਿਹਨੇ ਜਿਹਦੇ ਕਰਮ ਨੀ ਚੰਗੇ ਜਿਹੜਾ ਪਾਪ ਕਰਦਾ ਮੈਂ ਕਿਹਾ ਦੇਖੋ ਜਿਹੜਾ
ਕੋਈ ਪਾਪ ਕਰਦਾ ਕਿਸੇ ਦੂਜੇ ਵਾਸਤੇ ਉਹ ਪੁੰਨ ਹੁੰਦਾ ਵੀ ਮਤਲਬ ਜੇ ਕਿਸੇ ਇੱਕ ਦੇਸ਼ ਦੀ ਫੌਜ ਜਾ ਕੇ ਦੂਜੇ ਦੇਸ਼ ਨੂੰ ਮਾਰਦੀ ਹੈ ਹੈ ਜਾਂ ਹੁਣ ਤੁਸੀਂ ਪਹਿਲਾਂ ਇੰਦਰਾ ਗਾਂਧੀ ਦੀ ਗੱਲ ਕਰਦੇ ਹਟੇ ਆ ਕਿਸੇ ਲਈ ਜੋ ਇੰਦਰਾ ਗਾਂਧੀ ਨੇ ਪਹਿਲਾਂ ਕੀਤਾ ਉਹ ਕਿਸੇ ਲਈ ਪੁੰਨ ਸੀ ਦੂਜਿਆਂ ਲਈ ਪਾਪ ਸੀ ਜੋ ਬਾਅਦ ਵਿੱਚ ਇੰਦਰਾ ਗਾਂਧੀ ਨਾਲ ਹੋਇਆ ਉਹ ਦੂਜਿਆਂ ਲਈ ਪੁੰਨ ਸੀ ਤੀਜਿਆਂ ਲਈ ਪਾਪ ਸੀ ਹਨਾ ਤੇ ਇਹ ਇਹ ਭੂਤ ਵੀ ਰਾਹ ਹੈ ਵੀ ਚੱਕਰ ਉਹ ਜਿਹੜੀ ਬੰਦੇ ਨੇ ਗੱਲ ਕੀਤੀ ਉਹਨੂੰ ਆਪਾਂ ਇਹ ਵਿਅੰਗ ਚ ਲਿਖਿਆ ਕਹਿੰਦਾ ਵੀ ਮੋਟਾ ਮੋਟਾ ਫਾਇਦਾ ਵੀ ਹੇਰਾ ਫੇਰੀਆਂ ਕਰਕੇ ਜਿਹਦਾ ਦੁਨੀਆਂ ਤੇ ਆ ਜਾਏ ਸੂਤ ਕਹਿੰਦਾ ਮਰਨ ਤੋਂ ਬਾਅਦ ਦਵਿੰਦਰ ਸਿੰਘ ਬਣਦੇ ਆ ਉਹ ਭੂਤ ਅੱਛਾ ਤੇ ਮੈਂ ਕਿਹਾ ਕਿਵੇਂ ਕਿਵੇਂ ਜਿਵੇਂ ਕਿ ਦੱਸ ਨਾ ਉਹ ਕਹਿੰਦਾ ਵੀ ਕਈ ਬੰਦਿਆਂ ਨੇ ਇੰਡੀਆ ਦੇ ਵਿੱਚ ਅੱਜ ਕੱਲ੍ਹ ਤਾਜ਼ੀ ਗੱਲ ਦੱਸਦਾ ਸੀ ਕਹਿੰਦਾ ਕਈ ਬੰਦਿਆਂ ਨੇ ਅੱਜ ਕੱਲ੍ਹ ਦਿਨਾਂ ਚ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰੀ ਤੇ ਠੱਗੀ ਮਾਰ ਕੇ ਕਹਿੰਦਾ ਭਾਰਤ ਵਿੱਚੋਂ ਮਾਰ ਗਿਆ ਬਾਹਰ ਡਾਰੀ ਮਾਰ ਤੇ ਜਾਂ ਮਰਵਾਤੀ ਹੈ ਕਹਿੰਦਾ ਕਈ ਬੰਦਿਆਂ ਨੇ ਇੰਡੀਆ ਵਿੱਚੋਂ ਅਰਬਾਂ ਦੀ ਠੱਗੀ ਮਾਰੀ ਠੱਗੀ ਮਾਰ ਕੇ ਭਾਰਤ ਵਿੱਚੋਂ ਮਾਰ ਗਿਆ ਬਾਹਰ ਡਾਰੀ ਤੇ ਕਹਿੰਦਾ ਮੇਮਾਂ ਨਾਲ ਖਿਜਵਾ ਕੇ ਫੋਟੋ ਫੇਸਬੁੱਕ ਤੇ ਪਾਉਂਦੇ ਜਿਹੜੇ ਉਹਨਾਂ ਤੋਂ ਪਹਿਲਾਂ ਹੀ ਚੜਦੇ ਆ ਉਹਨਾਂ ਨੂੰ ਹੋਰ ਚੜਾਉਂਦੇ ਕਹਿੰਦਾ ਆਪਣਾ ਖਰਚਾ ਖੁੱਲਾ ਕਰਦੇ ਬਣਦੇ ਨੇ ਕੰਜੂਫ ਕਹਿੰਦਾ ਮਰਨ ਤੋਂ ਬਾਅਦ ਜਗਤਾਰ ਸਿਆ ਇਹ ਬਣਨੇ ਸਾਰੇ ਭੂਤ ਮੈਂ ਕਿਹਾ ਦੇਖੋ ਇਹ ਕਈ ਬੰਦਿਆਂ ਦੀ ਗੱਲ ਆ ਗਈ ਕੋਈ ਇੱਕ ਬੰਦਾ ਦੱਸੋ ਕਿ ਮੈਨੂੰ ਪਤਾ ਵੀ ਮੰਤਰੀ ਵੀ ਬੜੇ ਖਰਾਬ ਆ ਬਾਬੇ ਵੀ ਬੜੇ ਖਰਾਬ ਆ ਗੌਣ ਕਿਸੇ ਇੱਕ ਬੰਦੇ ਦਾ ਨਾਂ ਲੈ ਕਹਿੰਦਾ ਵੀ ਨਾਂ ਨੀ ਲੈਣਾ ਕਹਿੰਦਾ ਦੱਸਦਾ ਵੀ ਇੱਕ ਮੰਤਰੀ ਨੇ ਦੁਨੀਆਂ ਉੱਤੇ ਬੇੜਾ ਗਰਕ ਕਰ ਦਿੱਤਾ ਕਹਿੰਦਾ ਜਿਹਦੀ ਮਿਹਰਬਾਨੀ ਦੇ ਨਾਲ ਘਰ ਘਰ ਪਹੁੰਚਿਆ ਚਿੱਟਾ ਕਹਿੰਦਾ ਇੱਕ ਮੰਤਰੀ ਨੇ ਦੁਨੀਆਂ ਉੱਤੇ ਬੇੜਾ ਗਰਕ ਕਰ ਦਿੱਤਾ ਜਿਹਦੀ ਮਿਹਰਬਾਨੀ ਦੇ ਨਾਲ ਘਰ ਘਰ ਪਹੁੰਚਿਆ ਚਿੱਟਾ ਕਹਿੰਦਾ ਨੌਕਰੀ ਤੇ ਰੋਟੀ ਮਿਲਦੀ ਨਹੀਂ ਹੋ ਤੇ ਚਿੱਟੇ ਦੀ ਹੋਮ ਡਿਲੀਵਰੀ ਘਰ ਜ਼ਮੀਨਾਂ ਤੇ ਦੁਕਾਨਾਂ ਲੋਕਾਂ ਰੱਖ ਦਿੱਤੀਆਂ ਆ ਗਿਰਵੀ ਕਹਿੰਦਾ ਉਹ ਬਜਰੀ ਰੇਤਾ ਸਭ ਕੁਛ ਖਾ ਕੇ ਹਜੇ ਵੀ ਨੇ ਰਜਿਆ ਊਤ ਕਹਿੰਦਾ ਮਰਨ ਤੋਂ ਬਾਅਦ ਦਵਿੰਦਰ ਸਿੰਘ ਬਣਨਾ ਇਹਨੇ ਭੂਤ ਅੱਛਾ ਤੇ ਮੈਂ ਕਿਹਾ ਵੀ ਹੋਰ ਹੋਰ ਕਿੱਦਾਂ ਦੇ ਭੂਤ ਨੇ ਹੁੰਦੇ ਕਹਿੰਦਾ ਵੀ ਕਈ ਭੂਤ ਨੇ ਸਿਖਰ ਦੁਪਹਿਰੇ ਦਿਨ ਨੂੰ ਗਿੱਧਾ ਪਾਉਂਦੇ ਏਦਾਂ ਦੀ ਨਸਲ ਹੁੰਦੀ ਆ ਦਿਨ ਨੂੰ ਨੱਚਣ ਵਾਲੇ ਭੂਤ ਵੀ ਹੁੰਦੇ ਆ ਕਹਿੰਦਾ ਕਈ ਭੂਤ ਨੇ ਸਿਖਰ ਦੁਪਹਿਰੇ ਦਿਨ ਨੂੰ ਗਿੱਧਾ ਪਾਉਂਦੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਖੜ ਕੇ ਆ ਗੰਦੇ ਗਾਣੇ ਗਾਉਂਦੇ ਕਹਿੰਦਾ ਜੱਟਾਂ ਦੇ ਹੱਥ ਚ ਬੰਦੂਕਾਂ ਦੇ ਕੇ ਬੁਲਟ ਦੇ ਉੱਤੇ ਬਿਠਾਉਂਦੇ ਤੇ ਨਿੱਕਿਆ ਨਿੱਕਿਆ ਕੱਪਿਆਂ ਵਾਲੀਆਂ ਚੜੇਲਾਂ ਨੂੰ ਨਾਲ ਨਚਾਉਂਦੇ ਕਹਿੰਦਾ ਚੜੀ ਜਵਾਨੀ ਨੂੰ ਲਾ ਪੁੱਠੇ ਪਾਸੇ ਖੂਨ ਗਏ ਆ ਚੂਸ ਮਰਨ ਤੋਂ ਬਾਅਦ ਜਗਤਾਰ ਸਿਆ ਤੇ ਬਣੇ ਸਾਰੇ ਹੀ ਭੂਤ ਕਹਿੰਦਾ ਵੀ ਇੱਕ ਦੇਸ਼ ਦੀ ਮਾਂ ਬੋਲੀ ਕਹਿੰਦਾ ਉਸ ਦੇਸ਼ ਚੋਂ ਮੁੱਕਦੀ ਜਾਵੇ ਕਿਸੇ ਦੇਸ਼ ਦੀ ਮਾਂ ਬੋਲੀ ਉਸ ਦੇਸ਼ ਚੋਂ ਮੁੱਕਦੀ ਜਾਵੇ ਕਹਿੰਦਾ ਕਈ ਸਕੂਲਾਂ ਵਿੱਚ ਜੁਰਮਾਨਾ ਹੁੰਦਾ ਜੇ ਕੋਈ ਉਹਨੂੰ ਪੜ੍ਹਾਵੇ ਬਿਲਕੁਲ ਤੇ ਕਹਿੰਦਾ ਦੂਜੀ ਤੀਜੀ ਭਾਸ਼ਾ ਦੇ ਵਿੱਚ ਕੰਮ ਦਫ਼ਤਰੀ ਹੁੰਦੇ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਹੀ ਲਾਈ ਜਾਣ ਦਾ ਖੂੰਜੇ ਤੇ ਕਹਿੰਦਾ ਮਾਸੀ ਦਾ ਪੁੱਤ ਸਾਰਾ ਕੁਛ ਦੇਖ ਕੇ ਵੀ ਸੁੱਤਾ ਪਿਆ ਘੂਕ ਕਹਿੰਦਾ ਮਰਨੋਂ ਬਾਅਦ ਦਵਿੰਦਰ ਸਿੰਘ ਇਹ ਪਿੱਪਲ ਨੇ ਵੀ ਬਣਨਾ ਭੂਤ ਇਹਨੇ ਵੀ ਬਣਨਾ ਭੂਤ ਇਹ ਸੀ ਵਿਅੰਗ ਭਾਜੀ ਏਦਾਂ ਦੀਆਂ ਗੱਲਾਂ ਬਾਤਾਂ ਭੂਤਾਂ ਦਾ ਨਹੀਂ ਚਲੋ ਭੂਤਾਂ ਦੀਆਂ ਗੱਲਾਂ ਇੱਕ ਇਹਦਾ ਜਿਹੜਾ ਇੱਕ ਦੋ ਚੀਜ਼ਾਂ ਦੀ ਮੈਨੂੰ ਸਮਝ ਨਹੀਂ ਆਈ ਇੱਕ ਕੈਂਡੀਆਂ ਦੀ ਨੀ ਸਮਝ ਆਈ ਵੀ ਕੈਂਡੀਆਂ ਕਿ ਦਿੰਦੇ ਨੇ ਇੱਕ ਜਿਹੜੇ ਕੱਦੂ ਕੀ ਕਹਿੰਦੇ ਪੱਪਕਿਨ ਨੂੰ ਕਹਿੰਦੇ ਪੰਪਕਿਨ ਹਾਂਜੀ ਹਾਂਜੀ ਇੱਕ ਉਹਨਾਂ ਦੀ ਨੀ ਮੈਨੂੰ ਸਮਝ ਆਈ ਵੀ ਉਹ ਉਹਨਾਂ ਦਾ ਕੀ ਦੇਖੋ ਦੇਖੋ ਜਿਹੜਾ ਜਿਹੜਾ ਕੈਂਡੀਆਂ ਦਾ ਮਸਲਾ ਨਾ ਜਿੱਦਾਂ ਹੁਣ ਜੇ ਆਪਾਂ ਮੋਟੇ ਮੋਟੇ ਹਿਸਾਬ ਨਾਲ ਦੇਖਿਆ ਜਾਵੇ ਲੋਹੜੀ ਦੇ ਵਿੱਚ ਉਹ ਦਾਣੇ ਮੰਗਣ ਨਾਲ ਕੋਈ ਸੰਬੰਧ ਨਹੀਂ ਹੁੰਦਾ ਨਿਆਣਿਆਂ ਦਾ ਹਨਾ ਤੇ ਜਾਂ ਧੂਣੀ ਲਾ ਕੇ ਸੇਕਣ ਦਾ ਵੀ ਕੋਈ ਚਲੋ ਠੰਡ ਹੁੰਦੀ ਆ ਵੱਖਰੀ ਇੱਕ ਚੀਜ਼ ਬਣ ਗਈ ਇਹ ਇੱਕ ਤਿਉਹਾਰ ਨੂੰ ਹੁੰਦਾ ਤੁਸੀਂ ਸੈਲੀਬ੍ਰੇਟ ਕਿੱਦਾਂ ਕਰਨਾ ਬੱਚਿਆਂ ਦਾ ਫਨ ਹੋ ਜਾਂਦਾ ਤੁਸੀਂ ਕਿੱਦਾਂ ਉਹਨੂੰ ਚੱਲਦਾ ਰੱਖਣਾ ਗਾਂਹ ਤੋਂ ਗਾਂਹ ਹਨਾ ਤੇ ਕਿਉਂਕਿ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਤੁਸੀਂ ਲਾ ਦਿੰਦੇ ਜਿਹੜੇ ਪਾਸੇ ਜੇ ਦਿਵਾਲੀ ਮਨਾਉਣ ਦੇ ਦੀਵੇ ਜਾਂ ਫੁੱਲ ਝੜੀਆਂ ਬੱਚਿਆਂ ਨੂੰ ਛੋਟੀ ਉਮਰ ਚ ਫਨ ਹੁੰਦਾ ਹੁਣ ਵੱਡੇ ਉਮਰ ਕੇ ਸਿਆਣੇ ਬਾਣੇ ਬਾਬੇ ਨੂੰ ਕਹਿ ਲਓ ਵੀ ਭਾਈ ਫੁੱਲ ਝੜੀ ਜੇ ਲਾ ਲਾ ਉਹਨੇ ਕਹਿਣਾ ਵੀ ਹੋਰ ਕੰਮ ਨਹੀਂ ਉਹਨੇ ਕਹਿਣਾ ਹੋਰ ਕੰਮ ਨਹੀਂ ਕੋਈ ਨਹੀਂ ਚਲੋ ਮੁੱਖ ਦੀ ਗੱਲ ਇਹਨਾਂ ਦੀ ਇਹ ਕਹਿ ਸਕਦੇ ਲੋਹੜੀ ਆ ਨਿਆਣਿਆਂ ਦੀ ਬੱਚਾ ਦੀ ਲੋਹੜੀ ਕਹਿ ਲਓ ਹਾਂਜੀ ਹਾਂਜੀ ਤੇ ਕੈਂਡੀਆਂ ਖਾਂਦੇ ਨੇ ਤੇ ਨਿਆਣੇ ਪਿੰਡਾਂ ਚ ਕਹਿੰਦੇ ਵੀ ਦੰਦ ਖਰਾਬ ਕਹਿੰਦੇ ਇਹ ਨਾ ਖਾਓ ਚਲੋ ਖੈਰ ਦਵਿੰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਥੈਂਕ ਯੂ ਭਾਜੀ ਮਿਹਰਬਾਨੀ ਬੜੀ ਮਿਹਰਬਾਨੀ ਲਓ ਜੀ ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ ਤੇ ਯੂਬਾ ਸ੍ਰੀ ਨਗਰ ਕੀਰਤਨ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਉਹਦੇ ਜਿਹੜੇ ਸਪੌਂਸਰ ਸਾਡੇ ਉਹਨਾਂ ਦਾ ਮੈਂ ਧੰਨਵਾਦ ਇੱਕ ਵਾਰੀ ਕਰਨਾ ਚਾਹੁੰਦਾ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜਿਹੜੇ ਲੈਜੈਂਡ ਟਰਾਂਸਪੋਰਟ ਯੂਬਾ ਸਿਟੀ ਵਾਲੇ ਨੇ ਸਰੀ ਸਮਰਾ ਉਹ ਸਾਡਾ ਹਰ ਵਾਰੀ ਬਹੁਤ ਸਾਥ ਦਿੰਦੇ ਨੇ ਹਰ ਵਾਰੀ ਜਦੋਂ ਵੀ ਅਸੀਂ ਯੂਬਾ ਸਿਟੀ ਨਗਰ ਕੀਰਤਨ ਕਰਦੇ ਜਾਂ ਕੋਈ ਵੀ ਕਰਦੇ ਸਰੀ ਸਮਰਾ ਸਾਹਿਬ ਦੇ ਲੈਜੈਂਡ ਟਰਾਂਸਪੋਰਟ ਵਾਲੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਨਾਲ ਗੱਲ ਕਰੀਏ ਕੈਪੀਟਲ ਸਰਵਿਸ ਜਿਹੜੀ ਹੈਗੀ ਆ ਸੈਕਰਾਮੈਂਟੋ ਦੀ ਉਹ ਵੀ ਸਾਡੇ ਸਪੌਂਸਰ ਨੇ ਉਸ ਤੋਂ ਬਾਅਦ ਜਿਹੜੇ ਸ਼ਾਨੇ ਪੰਜਾਬ ਚਾਟ ਐਂਡ ਕੁਜ਼ੀਨ ਜੋ ਸਟੋਕਟਨ ਦੇ ਵਿੱਚ ਹੈ
ਸ਼ੁੱਧ ਵੈਸ਼ਨੂ ਖਾਣਾ ਉੱਥੇ ਮਿਲਦਾ, ਹਰ ਤਰ੍ਹਾਂ ਦੀ ਮਿਠਾਈ ਮਿਲਦੀ ਹੈ। ਭਾਈ ਦਲਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਮੈਟਰਸ ਜਿਹੜੇ ਹੈਗੇ ਨੇ, ਮੈਟਰਸ ਐਕਸਪ੍ਰੈਸ ਯੂਬਾ ਸਿਟੀ ਹੈ ਅਤੇ ਰੋਜ਼ਵਿਲ ਹੈਗਾ ਇੱਥੇ, ਉਹਨਾਂ ਦਾ ਵੀ ਜਿਹੜਾ ਮੈਨੀ ਦਾ ਅਤੇ ਅੰਮ੍ਰਿਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਤੋਂ ਇਲਾਵਾ ਸਾਡੇ ਮਲਕੀਤ ਸਿੰਘ ਬੋਪਾ ਰਾਏ, ਮਾਇਕ ਬੋਪਾ ਰਾਏ ਜੀ, ਉਹ ਵੀ ਸਾਡਾ ਉਹਨਾਂ ਨੇ ਬਹੁਤ ਸਾਥ ਦਿੱਤਾ, ਉਹਨਾਂ ਦਾ ਧੰਨਵਾਦ ਕਰਦੇ। ਸੁੱਖੀ ਘੁੰਮਣ ਪੌਲਜ਼ੋਤਾ, ਅਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਰਾਣਾ ਗਿੱਲ, ਅਤੇ ਇਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਸ ਤੋਂ ਬਾਅਦ ਰਸ਼ਪਾਲ ਢੀਂਡ ਸ਼ਾਹ ਜਿਹੜੇ ਯੂਨਾਈਟਡ ਸਿੱਖ ਨੇਸ਼ਨ ਵਾਲੇ ਹੈਗੇ ਨੇ, ਐਲੇ ਤੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸਾਰਿਆਂ ਨੇ ਇਸ ਪਰੇਡ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਾਥ ਦਿੱਤਾ, ਅਤੇ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਸਾਡੇ ਨਾਲ ਜੁੜੇ ਨੇ, ਜਿੰਨੇ ਵੀ ਸਾਡੇ ਦਰਸ਼ਕ ਵੀ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਆ ਬ੍ਰੇਕ ਤੋਂ ਬਾਅਦ। ਹਾਜ਼ਰ ਆ ਬ੍ਰੇਕ ਤੋਂ ਬਾਅਦ, ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦੇ ਭੂਤ ਨਾਲ, ਕਿਤੇ ਵਾਹ ਵਾਸਤਾ ਪਿਆ ਹੋਵੇ, ਚਾਹੇ ਉਹ ਜੀਂਦਾ ਚਾਹੇ ਮਰਿਆ ਹੋਇਆ, ਤਾਂ ਜ਼ਰੂਰ ਸਾਂਝਾ ਕਰੋ ਸਾਡੇ ਦਰਸ਼ਕਾਂ ਦੇ ਨਾਲ, ਤਾਂ ਕਿ ਪਤਾ ਲੱਗੇ ਭੂਤਾਂ ਬਾਰੇ ਜਾਣਕਾਰੀ ਮਿਲੇ। ਮਤਲਬ ਕੋਈ ਇੱਦਾਂ ਦਾ ਭੂਤ ਨਹੀਂ ਸਾਂਝਾ ਕਰਨਾ ਵੀ ਜਿਵੇਂ ਪਤੀ ਪਤਨੀ ਮਰ ਕੇ ਮਰਨ ਤੋਂ ਬਾਅਦ ਉੱਪਰ ਚੱਲ ਗਏ, ਕਹਿੰਦੇ ਭੂਤ ਬਣ ਗਏ ਰੱਬ ਕੋਲ ਜਾ ਕੇ, ਧਰਮਰਾਜ ਕੋਲ ਜਾ ਕੇ, ਜਦੋਂ ਭੂਤ ਬਣ ਗਏ ਤਾਂ ਇੱਕ ਦਿਨ ਕੁਦਰਤੀ ਕਿਤੇ ਦੋਵਿਆਂ ਦਾ ਮੇਲ ਹੋ ਗਿਆ ਉੱਥੇ, ਰੱਬ ਭੂਤ, ਉਹ ਭੂਤ ਬਣਿਆ ਹੋਇਆ, ਉਹ ਭੂਤ ਨਹੀਂ ਬਣੀ ਹੋਈ, ਦੋਨੇ ਇੱਕ ਜਿਹੇ ਨੇ ਦੇਖਿਆ ਪਛਾਣਿਆ, ਅਤੇ ਘਰ ਵਾਲੀ ਕਹਿੰਦੀ ਦੇਖੋ ਜੀ ਤੁਸੀਂ ਮਰਨ ਤੋਂ ਬਾਅਦ ਨਾ ਭੂਤ ਬਣ ਕੇ ਕਿੰਨਾ ਬਦਲ ਗਏ। ਉਹ ਕਹਿੰਦਾ ਹਾਂ ਭਗਵਾਨ ਨੇ ਮੈਂ ਬਦਲ ਗਿਆ, ਪਰ ਤੂੰ ਜਮਾਂ ਹੀ ਨਹੀਂ ਬਦਲੀ, ਮਰਨ ਤੋਂ ਬਾਅਦ ਉੱਤੇ ਵੀ ਲੜਾਈ ਸ਼ੁਰੂ ਹੋ ਗਈ। ਮਤਲਬ ਕਹਿਣ ਤੋਂ ਵੀ ਤੂੰ ਪਹਿਲਾਂ ਵੀ ਭੂਤ ਨਹੀਂ ਲੱਗਦੀ ਸੀ, ਹੁਣ ਵੀ ਭੂਤ ਨਹੀਂ ਲੱਗਦੀ ਹੈ। ਇੱਕ ਇਹ ਵੀ ਕਿਹਾ ਜਾਂਦਾ ਕੱਲ੍ਹ ਦੀ ਭੂਤ ਨਹੀਂ ਸੇਵਿਆਂ 'ਚ ਅੱਧ, ਇਹ ਕਿਹੜਾ ਅੱਧ ਹੈ ਸੋ ਭੂਤਨਿਆਂ ਭੂਤਾਂ ਬਾਰੇ। ਇਹ ਗੱਲ ਮੈਂ ਚਾਹੁੰਦਾ ਕਿ ਕੋਈ ਵਾਹ ਵਾਸਤਾ ਕਦੇ ਪਿਆ ਹੋਵੇ ਅਤੇ ਉਹ ਤੁਸੀਂ ਸਾਂਝਾ ਕਰੋ, ਆਪਾਂ ਫਟਾਫਟ ਤੁਹਾਡੀ ਕਾਲਾਂ ਲੈਂਦੇ। ਹੈਲੋ ਹੈਲੋ ਜੱਗੀ ਸਾਹਿਬ। ਹਾਂਜੀ, ਉਹ ਬੱਲੇ ਬੱਲੇ ਧੰਨ ਭਾਗ ਧੰਨ ਭਾਗ ਹੈ ਜੀ, ਮੇਰੇ ਨਾ ਅੱਧਾ ਕਿਲੋ ਖੂਨ ਵੱਧ ਗਿਆ, ਮੈਂ ਕਿਹਾ ਮਾਸੀ ਇੰਡੀਆ ਗਈ ਲੱਗ ਰਹੀ ਆ। ਬਈ ਮੈਂ ਨਾ ਆਖਿਆ ਨਾ ਅੱਗੇ ਮੈਂ ਨਾ ਚੱਲ ਕਹਿਣਾ ਵੀ ਤੁਹਾਡੇ ਕੋਲ ਰਿਕਾਰਡ ਸੁਣ ਲੱਗ ਗਿਆ ਨਾ ਹੈ ਜੱਗੀ। ਹਾਂਜੀ, ਤੇ ਅੱਜ ਮੈਂ ਕਿਹਾ ਵੀ ਨਾ ਇਹ ਭਾਵੇਂ ਕਿੱਡੀ ਵੱਡੀ ਰਾਤ ਹੋ ਜਾਏ, ਹਜੇ ਮੈਂ ਰੋਟੀ ਖਾਣੀ ਹੈ। ਨਹੀਂ ਤੁਸੀਂ ਇੱਥੇ ਸੀ ਕਿ ਇੰਡੀਆ ਗਏ ਸੀ? ਸਿਹਤ ਸੂ ਠੀਕ ਹੈ? ਹਾਂਜੀ ਸਿਹਤ ਠੀਕ ਹੈ, ਸਿਹਤ ਤੁਹਾਡੀ? ਸਿਹਤ ਸੂ ਤਾਂ ਇਹ ਜਿਹੇ ਤੇ ਪਰਵਾਹ ਹਿੰਮਤ ਨਹੀਂ ਆਉਂਦੀ। ਕਿੰਨਾ ਵਧੀਆ ਹੁਣ ਤਾਂ ਵੀਰ ਜੀ ਹੁੰਦੇ ਆ, ਤੇ ਫੇਰ ਭੂਤਾਂ ਬਾਰੇ ਹੁਣ ਤੁਸੀਂ ਮੈਥੋਂ ਪੁੱਛੋ ਭੂਤਾਂ ਬਾਰੇ, ਹੈ ਨਾ? ਹਾਂ ਨਾ ਨਹੀਂ, ਇੱਕ ਵਾਰ ਗਏ ਸੀਗੇ। ਨਹੀਂ ਅੱਜ ਕੀ ਤਾਂ ਫੇਰ ਮੈਨੂੰ ਕੋਈ ਲੈ ਕੇ ਆਉਣ ਵਾਲਾ ਹੈ ਨੀਗਾ, ਮੈਂ ਕਿਹੜਾ ਗੱਡੀ ਚਲਾਉਂਦੀ ਆ। ਹਾਂ ਤੇ ਹੁਣ ਮੈਂ ਭੂਤਾਂ ਬਾਰੇ ਦੱਸ ਦਿਆਂ ਵਿਚਕਾਰ, ਤੇ ਭੂਤਾਂ ਇਹ ਵਹਿਮ ਹੈ ਵਹਿਮ। ਅਸੀਂ ਨਾ ਅਸੀਂ ਛੋਟੇ ਛੋਟੇ ਹੁੰਦੇ ਹਾਂ, ਅਸੀਂ ਛਮੀਆਂ ਚਾਰ ਜਾਂਦੇ ਮੇਰੇ ਬਾਬੇ ਦਾ, ਹੈ ਨਾ? ਹੈ ਤੇ ਜਮਾਂ ਸਿਵੇ ਅੱਠੋ ਦੀ ਜਾਂਦੇ ਹੁੰਦੇ ਸੀ, ਤੇ ਕੋਈ ਸੰਤ ਭੂਤ ਨਹੀਂ ਸੀ ਸਾਡੇ ਟੱਕਰੀ, ਇਹ ਭੂਤਾਂ ਵਹਿਮ ਹੈ ਵਹਿਮ। ਇੱਕ ਸਾਡੇ ਪਿੰਡ ਸੀ ਬੋਟੀ, ਹੈ ਨਾ? ਹੈਲੋ, ਤੇ ਉਹ ਨਾ ਆਪਦੀ ਆਪਦੀ ਸੱਸ ਦੇ ਨੂੰ ਲੜ ਪੈਂਦੀ, ਹੈ ਨਾ? ਲੜ ਪੈਂਦੀ ਤੇ ਉਹਦਾ ਭੂਤ ਹੀ ਨਾ ਉਤਰਦਾ, ਤੇ ਹੁਣ ਉਹ ਆ ਗਈ ਭਾਈ ਇੱਥੇ ਕਨੇਡਾ, ਹੁਣ ਭੂਤ ਪਾਤ ਕਿਧਰੇ ਗਈ? ਤੇ ਮੈਂ ਤਾਂ ਇਹੀ ਕਹੂੰਗੀ ਇਹ ਤਾਂ ਵਹਿਮ ਹੁੰਦਾ ਪੁੱਤ, ਤੇ ਬਾਲਾ ਬਾਲਾ ਪਿਆਰ ਓਕੇ ਬਾਏ ਥੈਂਕ ਯੂ ਬੈਲ ਨੂੰ ਜਾਂ ਖਾਸ ਨਾ ਬੈਲ ਭੂਤ ਦਾ ਫਿਰ ਕੈਨੇਡਾ ਦਾ ਵੀਜ਼ਾ ਨਹੀਂ ਲੱਗਿਆ ਹੁਣ, ਭੂਤ ਉੱਥੇ ਰਹਿ ਗਿਆ ਹੁਣ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਕੀ ਕਦੇ ਵਾਹ ਵਾਸਤਾ ਪਿਆ ਜੀ ਕਿਸੇ? ਆਪਾਂ ਵੈਸੇ ਕਹਿੰਦੇ ਮਰੇ ਭੂਤਾਂ ਤੋਂ ਨਹੀਂ ਡਰਨਾ ਚਾਹੀਦਾ, ਜੀਂਦਿਆਂ ਤੋਂ ਜ਼ਿਆਦਾ ਡਰਨਾ ਚਾਹੀਦਾ। ਨਹੀਂ ਪਤਾ ਕੀ ਆ, ਆਪਾਂ ਪਹਿਲੇ ਤੇ ਕੋਈ ਨਾਂ ਨੂੰ ਤਾਂ ਸੁਣਦੇ ਹੁੰਦੇ ਸੀ, ਜੇ ਕੋਈ ਨਾਂ ਵੀ ਲੈਂਦਾ ਨਾ ਘਰ ਦੇ ਕਹਿ ਦਿੰਦੇ ਸੀ ਵੀ ਐਵੇਂ ਨਾਂ ਨੀ ਲੈਣਾ ਗਾ, ਬੱਚੇ ਡਰਨਗੇ ਸ਼ਾਮ ਨੂੰ ਖਾਸ ਤੌਰ ਤੇ। ਹਾਂਜੀ, ਤੇ ਜੇ ਕੋਈ ਉਦੋਂ ਇੰਨੀਆਂ ਲਾਈਟਾਂ ਨਹੀਂ ਸੀ ਹੁੰਦੀਆਂ ਤੇ ਹਨੇਰੇ ਦੇ ਵਿੱਚ ਜਾਣਾ ਤੇ ਡਰਦੇ ਡਰਦੇ ਭੱਜੇ ਆਉਣਾ, ਹਨਾ? ਤੇ ਵੀ ਤੇ ਫੇਰ ਤੁਹਾਨੂੰ ਮੈਂ ਕਹਿੰਦੀ ਆ ਕਿ ਸਾਡੇ ਜੈਤੋ ਦੇ ਕੋਲੇ ਮਤਲਬ 30-35 ਕਿਲੋਮੀਟਰ ਨਹੀਂ ਹੋਣਾ ਗਾ, ਉੱਥੇ ਭਗਤਾ ਭਾਈ ਗਾ, ਤੁਸੀਂ ਸੁਣਿਆ ਹੋਣਾ ਏ, ਤੇ ਉੱਥੇ ਭੂਤਾਂ ਦਾ ਖੂਹ ਏ, ਤੇ ਉਹਦੀ ਹੁਣ ਕਹਾਣੀ ਤੁਸੀਂ ਸੁਣੋਗੇ ਨਾ ਤੇ ਫੇਰ ਪਤਾ ਲੱਗਦਾ ਕਿ ਹਰ ਚੀਜ਼ ਜਿਹੜੀ ਦਾ ਨਾਂ ਆਇਆ ਨਾ ਉਹ ਹੈਗੀ ਹੈ।
ਸਾਨੂੰ ਜਿਹੜਾ ਹੈਗਾ ਜੇ ਅਸੀਂ ਇੱਥੇ ਮਨਾਉਣੇ ਆ ਨਾ, ਮਤਲਬ ਜਿਹੜੀ ਇਹ ਚੀਜ਼ ਆ ਅਸੀਂ ਉਹਨਾਂ ਨੂੰ ਮੰਨਦੇ ਆ ਤੇ ਉਹ ਸਾਨੂੰ ਚੰਗਾ ਹੀ ਆ ਕਿ ਅਸੀਂ ਦੇਖ ਲੈਨੇ ਹੈਗੇ ਆ ਵੀ ਇਸ ਤਰ੍ਹਾਂ ਦੀਆਂ ਹੀ ਹੋਣੀਆਂ ਹੀ ਆ, ਵਾਕਈ ਇਸ ਤਰ੍ਹਾਂ ਦਾ ਹੀ ਰੰਗ ਰੂਪ ਜਿਹੜਾ ਹੈਗਾ। ਖੂਹ ਦੀ ਕੀ ਗੱਲ ਕਰਦੇ ਤੁਸੀਂ, ਥੋੜਾ ਸੰਖੇਪ ਦੇ ਵਿੱਚ ਦੱਸ ਦਿਓ। ਹਾਂਜੀ, ਖੂਹ ਆਏ ਆ ਉਹ ਭਾਈ ਸਾਹਿਬ ਕਿ ਉੱਥੇ ਜਿਹੜਾ ਸੀਗਾ ਨਾ ਕਿਸੇ ਦੀ, ਜਿਵੇਂ ਕੋਈ ਬਹੁਤ ਵੱਡਾ ਸੀਗਾ ਪੁਰਸ਼ ਆਦਮੀ ਤੇ ਉਹਦੀ ਕੁੜੀ ਬਿਮਾਰ ਸੀਗੀ, ਤੇ ਉਹਦੀ ਕੁੜੀ ਬਿਮਾਰ ਸੀ ਤੇ ਉਹ ਕਹਿੰਦੇ ਤੁਸੀਂ ਉੱਥੇ ਜਾ ਕੇ ਸੇਵਾ ਕਰੋ। ਤੇ ਉਹ ਜਦੋਂ ਸੇਵਾ ਕਰਨ ਕੀਤੀ ਨਾ ਉਹਨਾਂ ਨੇ, ਤੇ ਬਾਅਦ ਵਿੱਚ ਉਹ ਕੁੜੀ ਠੀਕ ਹੋ ਗਈ ਤੇ ਉਹ ਕਹਿੰਦੇ ਵੀ ਹੁਣ ਸਾਨੂੰ ਕੋਈ ਦੱਸੋ, ਅਸੀਂ ਕੁਛ ਨਾ ਦੇਣਾ ਚਾਹੁੰਦੇ ਆ ਤੁਹਾਨੂੰ। ਤੇ ਉਹ ਸੀਗੇ ਰਾਜਸਥਾਨ ਦੇ, ਤੇ ਉਹ ਕਹਿੰਦੇ ਵੀ ਉੱਥੇ ਸਾਡੇ ਇੱਟਾਂ ਦੇ ਮਤਲਬ ਜਿਵੇਂ ਉਹ ਕੀ ਆਪਾਂ ਕਹਿੰਦੇ ਆ ਭੱਠੇ ਹੈਗੇ ਆ, ਤੇ ਇੰਨੀ ਦੂਰੋਂ ਇੱਟਾਂ ਕਿਵੇਂ ਆਉਣਗੀਆਂ। ਤੇ ਫਿਰ ਜਿਹੜਾ ਉਹ ਪੂਰਾ ਗੁਰੂ ਦਾ ਸਿੱਖ ਸੀਗਾ ਉਹ ਕਹਿੰਦਾ ਵੀ ਤੁਸੀਂ ਆਪਣੀ ਮਾਨਤਾ ਇਹ ਸਾਨੂੰ ਦੇ ਦਿਓ ਤੇ ਲਿਆਉਣ ਦਾ ਕੰਮ ਸਾਡਾ ਹੈਗਾ। ਤੇ ਸਾਰੇ ਉਹਨਾਂ ਨੇ ਪਿੰਡ ਦੇ ਵਿੱਚ ਹੋਕਾ ਦੇਤਾ ਸੀਗਾ ਵੀ 3-4 ਵਜੇ ਤੋਂ ਪਹਿਲਾਂ ਕੋਈ ਵੀ ਜਿਹੜਾ ਹੈਗਾ ਉਹਨੇ ਜਾਗਣਾ ਨੀ ਗਾ। ਤੇ ਭੂਤਾਂ ਨੇ ਉੱਥੋਂ ਖੂਹ ਲਿਆ ਕੇ ਨਾ, ਅਸੀਂ ਆਪ ਦੇਖਿਆ ਹੋਇਆ ਉਹ, ਤੇ ਖੂਹ ਉਸਾਰਿਆ। ਹਾਂਜੀ, ਤੇ ਉੱਥੇ ਪਤਾ ਕੀ ਆ, ਸੱਚ ਉਹਨਾਂ ਦੀਆਂ ਗਊਆਂ ਮੱਝਾਂ ਬਹੁਤ ਸੀਗੀਆਂ ਤੇ ਪਾਣੀ ਦੀ ਉਸ ਟਾਈਮ ਤੇ ਦਿੱਕਤ ਸੀਗੀ। ਤੇ ਉਹ ਕਹਿੰਦੇ ਫਿਰ ਵੀ ਅਸੀਂ ਖੂਹ ਬਣਾਉਣਾ ਹੈਗਾ ਤੇ ਉਹਦੇ ਪਿੱਛੇ ਇੱਟਾਂ ਵੀ ਚਾਹੀਦੀਆਂ, ਕਹਿੰਦੇ ਇੱਟਾਂ ਅਸੀਂ ਮਤਲਬ ਉੱਥੋਂ ਲਿਆਓ। ਤੇ ਉਹਨਾਂ ਨੇ ਕੀ ਕੀਤਾ, ਰਾਤੇ ਰਾਤ ਭੂਤਾਂ ਨੇ ਇੱਟਾਂ ਲਿਆ ਕੇ ਉੱਥੋਂ ਤੇ ਖੂਹ ਚਿਣਨਾ ਸ਼ੁਰੂ ਕਰ ਦਿੱਤਾ। ਹਾਂਜੀ, ਤੇ ਫਿਰ ਇੱਕ ਮਿੰਟ, ਅੱਧਾ ਮਿੰਟ ਹੀ ਰਹਿ ਗਿਆ, ਤੇ ਤੜਕੇ ਉਹ ਨਾ ਕੋਈ ਲੇਡੀ ਦੁੱਧ ਰਿੜਕਣ ਪਿੱਛੇ ਉੱਠ ਖੜੀ, ਤੇ ਫਿਰ ਉਹ ਜਿਹੜੀਆਂ ਅੱਧ ਵਿਚਾਲੇ ਛੱਡ ਕੇ ਚਲੀਆਂ ਗਈਆਂ ਜਿਹੜੀਆਂ ਭੂਤਾਂ ਸੀਗੀਆਂ। ਹੁਣ ਉੱਥੇ ਗੁਰਦੁਆਰਾ ਬਣਿਆ ਵਾ, ਸੰਗਤ ਆਉਂਦੀ ਆ, ਵਾਕਈ ਉੱਥੇ ਮੇਰੀ ਭੈਣ ਵਿਆਹੀ ਹੋਈ ਆ ਤੇ ਇਸ ਕਰਕੇ ਮੈਨੂੰ ਇਸ ਚੀਜ਼ ਦਾ ਪਤਾ ਏ। ਨਹੀਂ, ਹਾਂ ਵੀ ਉੱਠ ਖੜੀ ਤੇ ਉਹ ਖੜਕਾ ਸੁਣ ਕੇ ਮਤਲਬ ਅਲੋਪ ਹੋ ਗਈਆਂ ਵੀ ਹੁਣ ਦੁਨੀਆਂ ਜਾਗ ਪਈ ਹੈ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅਲੱਗ ਅਲੱਗ ਇਹ ਧਾਰਨਾਵਾਂ ਹੈਗੀਆਂ ਤੁਹਾਡੇ, ਇਹਦੇ ਬਾਰੇ ਕੀ ਵਿਚਾਰ ਨੇ ਜ਼ਰੂਰ ਗੱਲਬਾਤ ਕਰਾਂਗੇ, ਫੋਨ ਕਰਕੇ ਗੱਲ ਕਰ ਸਕਦੇ ਹੋ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜਗੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੌਣ ਬੋਲ ਰਹੇ? ਕੀ ਹਾਲ, ਮੈਂ ਮਾਠਪੁਰ ਸਾਹਿਬ ਬੋਲ ਰਿਹਾ ਥੱਲੇ ਤੋਂ। ਹਾਂਜੀ ਹਾਂਜੀ, ਹਾਂਜੀ, ਗੱਲ ਇਹ ਆ, ਇਹਦਾ ਕਾਲ, ਇਹਦਾ ਅੰਧ ਵਿਸ਼ਵਾਸ ਜ਼ਿਆਦਾ ਆ, ਅਨਪੜ੍ਹਤਾ ਜ਼ਿਆਦਾ ਆ। ਤੇ ਚਲੋ, ਟੀਵੀ ਦੀ ਆਵਾਜ਼, ਟੀਵੀ ਦੀ ਆਵਾਜ਼ ਕੱਟ ਕਰਨੀ ਬਣੇਗੀ ਤਾਂ ਤੇ ਅਨਪੜ੍ਹਤਾ ਆ। ਤੇ ਸਾਡੇ ਨਵਾਂ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੀ ਪੁਰਾਣੀ ਬਿਲਡਿੰਗ ਹੁੰਦੀ ਸੀਗੀ। ਹਾਂਜੀ, ਸਮਝੇ? ਹਾਂਜੀ, ਬਹੁਤ ਬਿਲਡਿੰਗ ਹੁੰਦੀ ਸੀਗੀ, ਉਹਨੂੰ ਕੋਈ ਬੰਦਾ ਨਾ ਖਰੀਦਦਾ ਸੀ ਤੇ ਨਾ ਉਹਦੇ ਚ ਕੋਈ ਵਸੋਂ ਰਹਿੰਦੀ ਸੀਗੀ। ਉੱਥੇ ਆ ਪਿਛਲੇ ਸਾਲ, 2-3 ਸਾਲ ਉੱਥੇ ਬਲੱਡ ਸਾਹਿਬ ਕੋਲ ਖੋਲ ਲਿਆ, ਬਲੱਡ ਖੂਨ ਦਾਨ ਦਾ। ਹਾਂਜੀ, ਤੇ ਉਹ ਬਲੱਡ ਖੂਨ ਸਾਰੇ ਹਿੰਦੁਸਤਾਨ ਚੋਂ, ਸਾਰੇ ਪੰਜਾਬ ਚੋਂ ਬਲੱਡ ਖੂਨ ਉੱਥੇ ਉੱਧਰ ਇਕੱਠਾ ਕਰਦੇ ਤੇ ਉੱਥੇ ਸਾਰੇ ਦਿੰਦੇ। ਉੱਥੇ ਹੁਣ ਕੋਈ ਭੂਤ ਨੀ, ਕੋਈ ਚੇੜ ਨੀ, ਕੋਈ ਗੱਲ ਨੀ, ਕੋਈ ਬਾਤ ਨੀ। ਅੱਛਾ ਜੀ, ਅੱਛਾ, ਚਲੋ ਮਿਹਰਬਾਨੀ, ਨਵਾਂ ਸ਼ਹਿਰ। ਥੈਂਕ ਯੂ ਤੁਹਾਡਾ, ਆਪੋ ਆਪਣੇ ਵਿਚਾਰ ਹੁੰਦੇ ਆ ਜੀ। ਔਰ ਮੈਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੀਆਂ ਕੱਲ ਲਾਂਗਾ, ਕੱਲ ਤੁਹਾਡੇ ਧੜਾ ਧੜ ਆ ਰਹੀਆਂ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਭੂਤ ਹੈਗੇ, ਅਸੀਂ ਇਹ ਨਹੀਂ ਕਹਿੰਦੇ ਭੂਤ ਹੈ ਨਹੀਂ ਗੇ, ਕਿਉਂਕਿ ਕੁਛ ਲੋਕਾਂ ਦੀ ਧਾਰਨਾ ਹੈ ਕਿ ਉਹਨਾਂ ਨੇ, ਉਹਨਾਂ ਦਾ ਵਾਹ ਵਾਸਤਾ ਪਿਆ ਇਸ ਚੀਜ਼ਾਂ ਨਾਲ। ਕੁਛ ਲੋਕਾਂ ਦਾ ਹੈਗਾ ਕਿ ਅੰਧ ਵਿਸ਼ਵਾਸ ਹੈਗਾ। ਸੋ ਆਪੋ ਆਪਣਾ ਤਜਰਬਾ ਅਸੀਂ ਸਾਂਝਾ ਕਰਨਾ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ, ਚੰਗਾ ਨਹੀਂ ਕਰਨਾ, ਨਾ ਸਾਡੀ ਕਦੇ ਇਹ ਕੋਸ਼ਿਸ਼ ਰਹੇਗੀ ਕਿ ਸਾਡੇ ਪ੍ਰੋਗਰਾਮ ਦੇ ਵਿੱਚੋਂ ਅੰਧ ਵਿਸ਼ਵਾਸ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਦਾ ਵਾਧਾ ਹੋਵੇ ਕਿਸੇ ਵੀ ਤਰ੍ਹਾਂ ਨਾਲ। ਸੋ ਭੂਤਾਂ ਦੀ ਜੇ ਗੱਲ ਕਰੀਏ ਤਾਂ ਭੂਤਾਂ ਦਾ ਵਾਹ ਵਾਸਤਾ ਕੋਈ ਪਿਆ ਹੋਵੇ, ਵੈਸੇ ਤਾਂ ਅੱਜ ਕੱਲ੍ਹ ਜਿਹੜੇ ਆ ਸਾਡੇ ਘਰਾਂ ਦੇ ਵਿੱਚ ਭੂਤ, ਸਾਡੇ ਆਪਦੇ ਮਨਾਂ ਦੇ ਵਿੱਚ ਭੂਤ ਵਸੇ ਨੇ, ਉਹਨਾਂ ਨੂੰ ਭਜਾਉਣ ਦੀ ਅਸੀਂ ਕੋਸ਼ਿਸ਼, ਉਹਨਾਂ ਤੋਂ ਨਹੀਂ ਡਰਦੇ ਹੈਗੇ ਜਿਹੜੇ ਆਹ ਕਹਿੰਦੇ ਵੀ ਬੰਦਾ ਮਰ ਗਿਆ, ਜਿਹੜਾ ਵਿਚਾਰਾ ਸਾਰੀ ਉਮਰ ਉਹ ਕੋਈ ਉੱਠਣੀ ਹੁੰਦਾ ਸੀ, ਸਾਈਕਲ 'ਤੇ ਚਲਾ ਹੁੰਦਾ ਸੀ, ਤਾਂ ਉਹ ਕਹਿੰਦੇ ਵੀ ਬੰਦਾ ਪੌੜੀਆਂ ਨਹੀਂ ਚੜ੍ਹ ਹੁੰਦਾ ਸੀ, ਤਾਂ ਉਹ ਕਹਿੰਦੇ ਜੀ ਭਾਪਾ ਜੀ ਰਾਤੀ ਬਨੇਰੇ 'ਤੇ ਬੈਠੇ ਸੀ ਅਤੇ ਮੈਨੂੰ ਕਹਿੰਦੇ ਆ ਜਾ ਨਿਆਣਾ ਸਵੇਰੇ ਉੱਠ ਕੇ ਕਹੀ ਜਾਂਦਾ ਪਾਪਾ ਜੀ, ਪਾਓ ਕਹਿੰਦੇ ਪਾਪਾ ਜੀ ਤਾਂ ਲੱਤ ਟੁੱਟੀ ਸੀ, 3 ਸਾਲ ਹੋ ਗਏ ਤਾਂ ਬਨੇਰੇ ਚੜ੍ਹ ਹੀ ਹੁੰਦੇ ਪੌੜੀਆਂ, ਉਹ ਕਿਵੇਂ ਚੜ੍ਹ ਗਏ ਉਹ ਇੱਦਾਂ, ਮਤਲਬ ਹੈਗਾ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ। ਕਹਿੰਦੇ ਵੀ ਤਾਰਾਂ 'ਤੇ ਰਹਿੰਦੇ ਆ, ਕੋਈ ਕਹਿੰਦਾ ਵੀ ਮੈਂ ਭੂਤ ਦੇਖਿਆ, 3 ਅੱਖਾਂ ਆ ਉਹਦੀਆਂ, 2 ਇੱਥੇ, 1 ਮੱਥੇ 'ਚ, ਲੈ ਦੱਸੋ ਵੀ ਪਤਾ ਨਹੀਂ ਕਿੱਥੋਂ ਭੂਤ ਕ੍ਰੀਏਟ ਕਰਦੇ ਹੈਗੇ ਨਹੀਂ ਹੈਗੇ, ਜਾਂ ਅਸਲ ਸ਼ਕਲ ਭੂਤਾਂ ਦੀ ਕੀ। ਵੈਸੇ ਭੂਤ ਵੀ ਇਸ ਗੱਲ ਦਾ ਗੁੱਸਾ ਕਰਦੇ ਨੇ, ਕਹਿੰਦੇ ਯਾਰ ਅਸੀਂ ਤੁਹਾਨੂੰ ਕਿਹਾ ਕਦੇ ਕਿਸੇ ਨੂੰ ਕੁਛ? ਮੈਂ ਕਿਹਾ ਨਹੀਂ, ਤਾਂ ਫਿਰ ਕਹਿੰਦੇ ਡਰੀ ਕਿਉਂ ਜਾਂਦੇ ਮੇਰੇ ਤੋਂ? ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਬ੍ਰੇਕ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ।
ਜੀ ਹਾਜ਼ਰ ਹਾਂ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਤੇ ਗੱਲਬਾਤ ਚੱਲ ਰਹੀ ਹੈ। ਹੈਲੋਵੀਨ ਡੇ ਅੱਜ ਇਹਨਾਂ ਦਾ ਅਮਰੀਕਾ ਦੇ ਵਿੱਚ ਹੈਗਾ, ਬੜੀ ਜ਼ੋਰੋ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਔਰ ਬਹੁਤ ਵੱਡੇ ਪੱਧਰ ਤੇ ਮੇਲੇ ਲੱਗਦੇ ਨੇ। ਹੁਣ ਸ਼ਾਮੀ 7 ਵਜੇ ਸ਼ੁਰੂ ਹੋ ਗਏ, ਰਾਤੀ 11 ਵਜੇ ਤੱਕ ਵੱਖ ਵੱਖ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਚੱਲਦੇ ਨੇ ਇਹਨਾਂ ਦੇ, ਬਹੁਤ ਵੱਡੇ ਪੱਧਰ ਤੇ। ਬੱਚੇ ਕੈਂਡੀਆਂ ਮੰਗਦੇ ਨੇ, ਇੱਕ ਪੇਠਾ ਅਸੀਂ ਕਹਿ ਦਿੰਦੇ ਸ਼ਾਇਦ ਉਹਨੂੰ, ਇੱਧਰ ਪੰਪਕਿਨ ਕਹਿ ਦਿੰਦੇ ਵੀ ਕਿਹੜਾ ਉਹ ਜਿਹੜਾ ਉਹ ਜ਼ਰੂਰ ਰੱਖਦੇ ਨੇ, ਉਹਨੂੰ ਸਜਾ ਕੇ ਉੱਤੇ ਅੱਖਾਂ ਬਣਾ ਕੇ ਬਿੱਲੀਆਂ ਬਣਾ ਕੇ ਜਾਂ ਜੋ ਵੀ ਹੈ ਉਹ ਵੀ ਰੱਖਦੇ ਨੇ। ਅਗਰ ਸਾਡੇ ਦਰਸ਼ਕ ਨੂੰ ਇਹ ਪਤਾ ਹੋਵੇ, ਕੈਂਡੀਆਂ ਦਾ ਕੋਈ ਕੰਸੈਪਟ ਪਤਾ ਹੋਵੇ ਇੱਧਰਲੇ ਮੁਲਕਾਂ ਦਾ, ਬੱਚਿਆਂ ਤੋਂ ਪਤਾ ਹੋ ਸਕਦਾ ਲੱਗ ਜਾਵੇ, ਜਾਂ ਫਿਰ ਉਹਦਾ ਪਤਾ ਹੋਵੇ ਜਿਹੜੀ ਅਸੀਂ ਗੱਲ ਕਰਦੇ ਹਾਂ ਜਿਹੜਾ ਪੰਪਕਿਨ ਦੀ ਗੱਲ ਕਰਦੇ ਹਾਂ, ਤਾਂ ਉਹ ਜ਼ਰੂਰ ਦੱਸੋ ਵੀ ਇਹਦਾ ਕੀ ਕੰਸੈਪਟ ਹੈਗਾ। ਅਗਰ ਨਹੀਂ ਪਤਾ ਤਾਂ ਕੋਈ ਐਸੀ ਗੱਲ ਨਹੀਂ, ਆਪਾਂ ਬਾਹਲਾ, ਕਿਉਂਕਿ ਮੈਂ ਇਹਦੀ ਖੋਜ ਕੀਤੀ ਸੀਗੀ, ਮੈਂ ਗੂਗਲ 'ਤੇ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਸੀ ਇਹਦੇ ਪਿੱਛੇ ਕੀ ਗੱਲਬਾਤ, ਤਾਂ ਮੈਨੂੰ ਤਾਂ ਹੈ ਨਹੀਂ ਕੁਛ ਲੱਭਾ। ਤੁਹਾਨੂੰ ਕੁਛ ਪਤਾ ਹੋਵੇ ਤਾਂ ਜ਼ਰੂਰ ਸਾਂਝਾ ਕਰਿਓ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਧਿਆਨ ਫੋਨ ਵੱਲ ਹੈ ਨਹੀਂ ਜੀ, ਮਾਫ਼ੀ ਚਾਹੁੰਦਾ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ, ਸਾਹਿਬ ਮਨਜੀਤ ਸਿੰਘ ਜੀ, ਕੋਈ ਦੱਸੋ ਵਾਹ ਵਾਸਤਾ ਕਿਸੇ ਤਰ੍ਹਾਂ ਦਾ ਭੂਤਾਂ ਦਾ ਕੋਈ ਇਹਦੇ ਬਾਰੇ ਹੈ ਆਈਡੀਆ, ਕੈਂਡੀਆਂ ਬਾਰੇ ਕੋਈ ਹਿਸਟਰੀ ਜਾਂ ਕੁਛ ਪਤਾ? ਇਹ ਤਾਂ ਸਾਨੂੰ ਪਤਾ ਨੀ, ਮੈਂ ਤੁਹਾਨੂੰ ਨਿਊਯਾਰਕ ਦੀ ਸਟੋਰੀ ਦੱਸਦਾ। ਆਪਣੇ 84 ਜਾਂ 85 ਦੀ ਗੱਲ ਹੈ, ਮੇਰੇ ਖਿਆਲ ਗ੍ਰੀਕਿਆਂ ਦੇ ਕੰਮ ਕਰਦੇ ਰੈਸਟੋਰੈਂਟ ਚ ਉੱਥੇ ਨਿਊਯਾਰਕ ਜੀ, ਇੱਕ ਘਰ ਆ ਹਾਲੇ ਵੀ ਉਹ ਸ਼ਾਇਦ ਖਾਲੀ ਹੋਵੇ, ਜਿੰਨਾ ਚਿਰ ਮੈਂ ਨਿਊਯਾਰਕ ਦੇਖਿਆ ਵੀ ਉਹ ਘਰ ਨੀ ਸੀ ਦੂਸਰਾ ਹੋਇਆ। ਉਹ ਕਿਰਾਏ ਤੇ ਗ੍ਰੀਕੀ ਜਦੋਂ ਚਾੜਦਾ ਸੀ, ਯਾਨੀ ਜਿਹੜੇ ਕਿਰਾਏਦਾਰ ਆਉਂਦੇ ਸੀਗੇ ਉਹਨਾਂ ਸਮਾਨ ਵਿਚਾਰੇ ਅਗਲੇ ਰੱਖਦੇ ਸੀਗੇ, ਤੇ ਜਦੋਂ ਦੂਜੇ ਤੀਜੇ ਦਾ ਸਮਾਨ ਕਿੱਦਾਂ ਸੋਫੇ ਸੁਫੇ ਇੱਧਰ ਹੋ ਜਾਣੇ ਉੱਧਰ ਹੋ ਜਾਣੇ, ਤੇ ਉਹ ਕਿਰਾਏਦਾਰ ਕੀ ਸਮਾਨ ਬਣੀ ਚੱਕਦੇ ਹੀ ਭੱਜ ਜਾਂਦੇ। ਇਹ ਕੋਈ ਮਤਲਬ ਪਤਾ ਕਰਨੇ ਨੀ ਕਿਸੇ ਨੇ ਕੋਸ਼ਿਸ਼ ਕੀਤੀ ਵੀ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ? ਬਾਕੀ ਬੰਦੇ ਨੇ ਟਿਕੇ ਇੱਥੇ ਕੀ ਕਰਨ ਜਾਣਾ। ਅੱਛਾ, ਨਹੀਂ ਵੈਸੇ ਅਸੀਂ ਜੇ ਗੱਲ ਕਰੀਏ ਪਹਿਲਾਂ ਨਾਲੋਂ ਤਾਂ ਜ਼ਮੀਨ ਅਸਮਾਨ ਦਾ ਫਰਕ ਪਿਆ ਪੰਜਾਬ ਦੀ, ਅਸੀਂ ਗੱਲ ਕਰੀਏ ਪਹਿਲਾਂ ਕਾਫੀ ਹੱਦ ਤੱਕ ਭੂਤ ਕ੍ਰੀਏਟ ਕੀਤੇ ਜਾਂਦੇ, ਡਰਾਇਆ ਜਾਂਦਾ ਸੀਗਾ ਬਹੁਤ ਸਾਰੇ ਬਾਬਿਆਂ ਵੱਲੋਂ, ਬਹੁਤ ਸਾਰੇ ਲੀਡਰਾਂ ਵੱਲੋਂ, ਬਹੁਤ ਸਾਰੇ ਪੁਲਿਸ ਵਾਲਿਆਂ ਵੱਲੋਂ। ਜਿਹੜੇ ਅਸੀਂ ਕਾਲੇ ਕੱਛੇ ਵਾਲੇ ਦੀ ਗੱਲ ਕਰਦੇ ਹਾਂ, ਉਹ ਵੀ ਕਹਿੰਦੇ ਵੀ ਉਹ ਭੂਤ ਜਿਹੜੇ ਸੀ, ਇੱਕ ਹੋਰ ਸੀਗੇ ਵੀ ਉਹ ਦਾਤਰ ਮਾਰਦਾ ਭੂਤ ਉੱਥੇ ਮਾਰਦਾ, ਤੁਸੀਂ ਤੁਰੇ ਜਾਂਦੇ ਤੇ ਮੱਕੀ ਚੋਂ ਨਿਕਲ ਕੇ ਕਿਹੜਾ ਨਿਕਲ ਗਏ ਖੇਤਾਂ ਖੂਤਾਂ ਚੋਂ, ਪੁਲਿਸ ਨੇ ਕੋਈ ਕਾਰਵਾਈ ਕਰਨੀ ਹੁੰਦੀ, ਕੋਈ ਆਪਰੇਸ਼ਨ ਕਰਨਾ ਹੁੰਦਾ ਤਾਂ ਉਹ ਸਭ ਤੋਂ ਵੱਡਾ ਡਰ ਇਹੀ ਪਾਉਂਦੇ ਨੇ ਵੀ ਇਸ ਇਲਾਕੇ ਚ ਆ ਚੀਜ਼ ਹੈਗੀ ਵੀ ਲੋਕ ਤਾਂ ਕੇ ਕਰਨ ਤੋਂ ਬਾਹਰ ਨਾ ਨਿਕਲ, ਪਰ ਕੀ ਦੇਖਦੇ ਇੱਥੇ। ਬਹੁਤ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ। ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, 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 ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਨੀ ਹੈ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ, ਤੁਹਾਡੀ ਕਾਲ ਲਾਈਵ ਲੱਗੀ ਹੋਈ ਆ, ਟੀਵੀ ਦੀ ਆਵਾਜ਼ ਘੱਟ ਕਰੋ ਜੀ ਪਹਿਲਾਂ। ਅੱਛਾ ਜੀ, ਬਹੁਤ ਮਿਹਰਬਾਨੀ। ਹਾਂਜੀ, ਹੁਣ ਕੀ ਨਾਮ ਤੁਹਾਡਾ, ਕਿੱਥੋਂ ਬੋਲਦੇ? ਟੀਵੀ ਦੀ ਆਵਾਜ਼ ਮੈਂ ਸ਼ਵਿੰਦਰ ਕੌਰ ਕੈਲਗਰੀ ਤੋਂ ਬੋਲਦੀ ਹਾਂ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ, ਜਿਹੜਾ ਉਹ ਪਿੱਛੇ ਉਹ ਕੱਲ ਦੱਸ ਕੇ ਗਈ ਹੈ ਬੀਬੀ ਬਈ ਭਗਤ ਤੇ ਭੂਤਾਂ ਵਾਲਾ ਕੋਈ ਹੈਗਾ, ਉਹ ਹੈਗਾ ਉਹ ਸਾਡਾ ਵੀ ਪਿੰਡ ਨੇੜੇ ਹੀ ਆ ਜਾਲਪੁਰਾ ਨਿਰਦੇ ਦਾ, ਤੇ ਉਹ ਅਸੀਂ ਖੂਹ ਵੀ ਵੇਖਿਆ। ਉਹ ਪਤਾ ਨੀ ਪੁਰਾਣੀਆਂ ਕਹਾਣੀਆਂ ਨੂੰ ਮਤਲਬ ਜਿਵੇਂ ਆਪਦੇ ਆ ਉਸੇ ਤਰ੍ਹਾਂ ਹੀ ਮੰਨਣਾ ਪੈਂਦਾ। ਹਾਂ ਮਤਲਬ ਸੁਣਦੇ ਆਏ ਹੈ ਨਾ ਉਹ? ਹਾਂਜੀ ਸੁਣਦੇ ਆ, ਪਰ ਛੋਟੇ ਹੁੰਦੇ ਤਾਂ ਅਸੀਂ ਵੀ ਬਹੁਤ ਹੁੰਦੇ ਸੀ ਭੂਤਾਂ ਤੋਂ। ਮੇਰਾ ਛੋਟੇ ਬ੍ਰਦਰ ਨੇ ਕਹਿਣਾ ਉਦੋਂ ਸਾਡੇ ਲਾਇਕ ਨਹੀਂ ਸੀ, ਤੇ ਉਹਨੇ ਕਹਿਣਾ ਵੀ ਭੈਣ ਮੰਨ ਕੇ ਮੇਰੇ ਨਾਲ ਅੰਦਰ ਆ ਜਾ ਤੇ ਮੈਂ ਖੰਡ ਲੈਣੀ ਹੈ, ਤੇ ਅਸੀਂ ਮੈਂ ਉਹਦੇ ਨਾਲ ਚਲੀ ਜਾਣਾ ਅੰਦਰ। ਉਹਨੇ ਦੋਵੇਂ ਮੁੱਠੀਆਂ ਭਰ ਕੇ ਖੰਡ ਦੀਆਂ ਕਹਿਣਾ,
ਆਹਾ ਸੁੱਚੇ ਸੁੱਚੇ ਆਂਡੇ ਭੂਤ ਕੱਢਦੀ ਹੈ ਕਿ ਮੈਨੂੰ ਭੁਲੇਖਾ ਪੈਂਦਾ ਤੇ ਚੀਕਾਂ ਮਾਰਦੀ ਨੇ ਮੈਂ ਆ ਜਾਣਾ ਬਾਹਰ ਆ ਕੇ ਸਿਰ ਵਾਹਵਾ ਕੁੱਟ ਕੇ ਪਈ ਆ ਹੋਣਾ ਤੇ ਮੈਂ ਕਹਿਣਾ ਅੱਧੀ ਕੁ ਉਹਦੀ ਖੰਡ ਮੁੱਠੀਆਂ ਭਰੀਆਂ ਹੋਣੀਆਂ ਉਹ ਡੁੱਲ ਜਾਣੀ ਤੇ ਉਹ ਹੁਣ ਵੀ ਗੱਲਾਂ ਯਾਦ ਆਉਂਦੀਆਂ ਉਦੋਂ ਡਰ ਬਹੁਤ ਲੱਗਦਾ ਸੀ ਪਰ ਹੁਣ ਨੀ ਲੱਗਦਾ ਜੀ 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 ਬਿਲਕੁਲ ਜੀ ਉਦੋਂ ਮਾਹੌਲ ਇਹੋ ਜਿਹਾ ਕ੍ਰੀਏਟ ਕਰਤਾ ਨੇ ਬੜੀ ਮਿਹਰਬਾਨੀ ਤੁਹਾਡੀ ਕਾਲ ਕਰਨ ਵਾਸਤੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਸਿੰਘ ਸੈਣੀ ਬੋਲ ਰਿਹਾ ਜੀ ਬੱਚੇ ਦੀਆਂ ਤੋਂ ਜੀ ਸਰਦਾਰ ਜਸਵੀਰ ਸਿੰਘ ਜੀ ਕੀ ਵਿਚਾਰ ਪੇਸ਼ ਕਰਨੇ ਚਾਹੁੰਦੇ ਜੀ ਮੇਰੇ ਵਿਚਾਰ ਇਹ ਹੈ ਜੀ ਕਿ ਭੂਤਾਂ ਦੀ ਗੱਲ ਹੈ ਕਿ ਇੱਕ ਵਾਰੀ ਦੋ ਦੋਸਤ ਤੁਰੇ ਜਾ ਰਹੇ ਸੀ ਉਹ ਇੱਕ ਕਹਿੰਦਾ ਮੈਂ ਭੂਤ ਹੁੰਦੇ ਨੇ ਦੂਜਾ ਕਹਿੰਦਾ ਨਹੀਂ ਹੁੰਦੇ ਉਹ ਕਹਿੰਦਾ ਜੀ ਇਹ ਤੂੰ ਐਵੇਂ ਮਰੀ ਜਾਂਦਾ ਇਹ ਭੂਤ ਤਾਂ ਹੁੰਦਾ ਹੀ ਨਹੀਂ ਲੋਕਾਂ ਨੂੰ ਵਹਿਮ ਆ ਉਹ ਸਾਹਮਣੇ ਉਹਨਾਂ ਦੇ ਇੱਕ ਨਜ਼ਰ ਆ ਗਿਆ ਹਾਊਸ ਲੱਗਿਆ ਸੀ ਸੇਲ ਤੇ ਗੋਸਟ ਹੰਟਿਡ ਹਾਊਸ 5000 ਦਾ ਘਰ ਉਹ 500 ਦਾ ਸੇਲ ਤੇ ਲਾਇਆ ਉਹ ਕਹਿੰਦਾ ਮੈਂ ਤਾਂ ਇਹ ਘਰ ਲੈਣਾ ਕਹਿੰਦਾ ਇਹ ਚ ਤਾਂ ਭੂਤ ਰਹਿੰਦੇ ਆ ਕਹਿੰਦਾ ਮੈਂ ਤਾਂ ਡਰਦਾ ਨੀ ਭੂਤਾਂ ਤੋਂ ਉਹ ਦੋਨੇ ਜਣੇ ਚਲੇ ਗਏ ਜੀ ਇੱਕ ਮੇਰੇ ਵਰਗਾ ਡਰਦਾ ਡਰਦਾ ਉਹ ਵੀ ਨਾਲ ਹੋ ਗਿਆ ਉੱਥੇ ਦਰਵਾਜ਼ਾ ਖੜਕਾਇਆ ਅੰਦਰੋਂ ਕੋਈ 6 ਫੁੱਟ ਦਾ ਬੰਦਾ ਨਿਕਲਿਆ ਮੁੱਛਾਂ ਨੂੰ ਤਾਰ ਦਿੱਤਾ ਉਹਨਾਂ ਨੇ ਕਹਿੰਦਾ ਜੀ ਇਸ ਘਰ ਦਾ ਮਾਲਕ ਕੌਣ ਹੈ ਕਹਿੰਦਾ ਮੈਂ ਆ ਕਹਿੰਦਾ ਸਾਨੂੰ ਪਤਾ ਲੱਗਾ ਇੱਥੇ ਭੂਤ ਰਹਿੰਦੇ ਆ ਕਹਿੰਦਾ ਯਾਰ ਮੈਨੂੰ ਤਾਂ 200 ਸਾਲ ਹੋ ਗਏ ਮਰੇ ਨੂੰ ਮੈਨੂੰ ਕੀ ਪਤਾ ਇੱਥੇ ਕੌਣ ਰਹਿੰਦਾ ਕੌਣ ਨਹੀਂ ਰਹਿੰਦਾ ਹਾਂਜੀ ਇਸ ਤਰ੍ਹਾਂ ਦੇ ਜੋਕ ਜਿਹੜੇ ਬਹੁਤ ਬਣੇ ਹੋਏ ਆ ਇਸ ਤਰ੍ਹਾਂ ਦੇ ਜੋਕ ਵੀ ਕਾਫੀ ਹੈਗੇ ਅਗਰ ਭੂਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਘਰ ਬਹੁਤ ਸਾਰੀਆਂ ਜਗ੍ਹਾ ਐਸੀਆਂ ਹੈਗੀਆਂ ਔਰ ਕਾਫੀ ਹੱਦ ਤੱਕ ਹੋ ਸਕਦਾ ਹੁੰਦੇ ਨਹੀਂ ਹੁਣ ਪਰ ਅਸਲ ਦੇ ਵਿੱਚੋਂ ਕ੍ਰੀਏਟ ਕੀਤੇ ਜਾਂਦੇ ਨੇ ਭੂਤਾਂ ਵਾਸਤੇ ਕੋਠੀ ਸਸਤੀ ਲੈਣੀ ਹੈਗੀ ਉਹਦੇ ਵਿੱਚ ਭੂਤ ਕ੍ਰੀਏਟ ਕਰ ਦਿੰਦੇ ਨੇ ਸਾਡੇ ਬਹੁਤ ਸਾਰੇ ਲੋਕ ਅਤੇ ਬਾਕੀ ਹੁੰਦੇ ਵੀ ਹੋਣਗੇ ਪਰ ਮੇਰੇ ਖਿਆਲ ਦੇ ਸਨ ਹਿਸਾਬ ਨਾਲ ਜਿਵੇਂ ਜਿਵੇਂ ਅਸੀਂ ਅਵੇਅਰ ਹੋ ਗਏ ਹਾਂ ਥੋੜ੍ਹਾ ਪੜ੍ਹਾਈ ਲਿਖਾਈ ਹੋ ਗਈ ਆ ਉਸ ਭੂਤ ਜਿਹੜੇ ਆ ਸਾਡੇ ਤੋਂ ਫਿਰ ਦੂਰ ਭੱਜ ਗਏ ਮੇਰੇ ਖਿਆਲ ਬਾਕੀ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕਾਲਾਂ ਲੈਣ ਦੀ ਦੇਖਦੇ ਵਿੱਚ ਦੱਸ ਪੰਜਾਬੀ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਮੁਆਫ਼ੀ ਚਾਹੁੰਦਾ ਤੁਹਾਡੀਆਂ ਕਾਲਾਂ ਹਜੇ ਆ ਰਹੀਆਂ ਨੇ ਪਰ ਅੱਜ ਕਾਲਾਂ ਨਹੀਂ ਲੈ ਆਉਣੀਆਂ ਭੂਤਾਂ ਦੀ ਗੱਲ ਆਪਾਂ ਜ਼ਰੂਰ ਫਿਰ ਕਿਤੇ ਕਰਾਂਗੇ ਅੱਜ ਵੈਸੇ ਵੀ ਗੱਲ ਕਿਸੇ ਸਿਰੇ ਨਹੀਂ ਲੱਗੀ ਭੂਤਾਂ ਦੀ ਕੋਸ਼ਿਸ਼ ਕਰਾਂਗੇ ਇਹਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਨਾਲ ਸਾਂਝੀ ਕਰੀਏ ਕਿਤੇ ਨਾ ਕਿਤੇ ਜ਼ਰੂਰ ਕੋਈ ਨਾ ਕੋਈ ਸਿਰ ਪੈਰ ਹੋਵੇ ਹਜੇ ਤਾਂ 50-50 ਜਿਹੜਾ ਉਹ ਚੱਲਦਾ ਹੈ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਡੇ ਯੂਬਾ ਸਿਟੀ ਦੇ ਸਪੋਂਸਰ ਜਿਹੜੇ ਹੈਗੇ ਨੇ ਕੈਪੀਟਲ ਸਰਵਿਸਿਜ਼ ਸੈਕਰਾਮੈਂਟੋ ਹੈਗੇ ਉਹ ਸਾਡੇ ਸਪੋਂਸਰ ਨੇ ਇਸ ਤੋਂ ਇਲਾਵਾ ਲੈਜੈਂਡ ਟਰਾਂਸਪੋਰਟ ਯੂਬਾ ਸਿਟੀ ਜਿਨ੍ਹਾਂ ਨੂੰ ਤਕਰੀਬਨ ਡਰਾਈਵਰਾਂ ਦੀ ਹਰ ਵੇਲੇ ਲੋੜ ਰਹਿੰਦੀ ਹੈ ਟੈਕਸਸ ਤੋਂ ਐਲ ਏ ਤੋਂ ਟੈਕਸਸ ਅਤੇ ਇੱਧਰ ਸਾਰੇ ਨੌਰਥਨ ਕੈਲੀਫੋਰਨੀਆ ਦੇ ਵਿੱਚ ਸਨੀ ਸਮਰਾ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਡਾ ਅਕਸਰ ਸਾਥ ਦਿੰਦੇ ਨੇ ਇਸ ਤੋਂ ਇਲਾਵਾ ਸ਼ਾਨੇ ਪੰਜਾਬ ਚਾਟ ਐਂਡ ਕੁਜ਼ੀਨ ਸਟੋਕਟਨ ਸ਼ੁੱਧ ਵੈਸ਼ਨੋ ਖਾਣਾ ਖਾਣ ਵਾਸਤੇ ਇਹਨਾਂ ਕੋਲ ਜਾ ਸਕਦੇ ਭਾਈ ਦਲਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਮੈਟਰਸ ਐਕਸਪ੍ਰੈਸ ਐਂਡ ਫਰਨੀਚਰ ਯੂਬਾ ਸਿਟੀ ਅਤੇ ਨਾਲ ਨਾਲ ਰੋਜ਼ਵੈਲ ਸ਼ੇਡ ਕੁਸ਼ਨਾਂ ਦੀਆਂ ਹੈਗੀਆਂ ਇਹ ਮਨੀ ਜਿਹੜੇ ਹੈਗੇ ਨੇ ਮਨੀ ਹੇਅਰ ਅਤੇ ਨਾਲ ਨਾਲ ਅੰਮ੍ਰਿਤਸਰ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਨਾਲ ਨਾਲ ਮਾਇਕ ਬੋਪਾ ਰਾਏ ਮਲਕੀਤ ਸਿੰਘ ਜੀ ਬੋਪਾ ਰਾਏ ਬ੍ਰਦਰਸ ਇਹਨਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਔਰ ਸੁਖੀ ਕੁੰਮਨ ਪੌਲ ਸਹੋਤਾ ਰਾਣਾ ਗਿੱਲ ਅਤੇ ਇਕਬਾਲ ਸਮਰਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਨਾਲ ਨਾਲ ਜਿਹੜੇ ਰਸ਼ਪਾਲ ਟੀਂਡਸਾ ਯੂਨਾਈਟਡ ਸਿੱਖ ਨੇਸ਼ਨ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿੰਨੇ ਵੀ ਸਪੋਂਸਰ ਆ ਜਿਨ੍ਹਾਂ ਨੇ ਪਰੇਡ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਰਸ਼ਨ ਮੇਲੇ ਹੁਣ ਹੋਣਗੇ ਜੀ ਯੂਬਾ ਸਿਟੀ ਅਸੀਂ ਕੱਲ੍ਹ ਨੂੰ ਉੱਥੇ ਪਹੁੰਚ ਜਾਣਾ ਸਾਡਾ ਬੂਥ ਬਕਾਇਦਾ ਲੱਗਿਆ ਹੋਇਆ ਟੀਮ ਦੇ ਸਾਡੇ 10-11 ਮੈਂਬਰ ਜਿਹੜੇ ਹੈਗੇ ਨੇ ਅਸੀਂ ਸਾਰੇ ਉੱਥੇ ਤੁਹਾਨੂੰ ਮਿਲਾਂਗੇ ਕੱਲ੍ਹ ਤੋਂ ਅਸੀਂ ਯੂਬਾ ਸਿਟੀ ਹੈ ਕੱਲ੍ਹ ਵੀ ਪਰਸੋਂ ਵੀ ਅਤੇ ਐਤਵਾਰ ਵੀ ਅਤੇ ਸੋਮਵਾਰ ਨੂੰ ਸਾਡਾ ਫਿਰ ਰੂਟ ਜਿਹੜਾ ਹੈਗਾ ਰੋਡ ਟ੍ਰਿਪ ਫਿਰ ਸ਼ੁਰੂ ਹੋ ਜਾਏਗਾ ਸੋਮਵਾਰ ਨੂੰ ਹੈਗਾ ਬੇ ਏਰੀਏ ਦੇ ਵਿੱਚ ਮੰਗਲਵਾਰ ਜਿਹੜਾ ਹੈਗਾ ਫਰੈਜ਼ਨੋ 5 ਤਰੀਕ ਨੂੰ 6 ਨੂੰ ਬੇਕਰ ਸਟਰੀਟ 7 ਨੂੰ ਐਲ ਏ ਅਤੇ ਉਸ ਤੋਂ ਬਾਅਦ 8 ਨੂੰ ਫੀਨਿਕਸ ਇੱਦਾਂ ਰੂਟ ਹੁਣ ਵਾਪਸ ਜਾਏਗਾ ਸਾਰਿਆਂ ਦਾ ਐਲ ਏ ਤੱਕ ਮੈਂ ਵੀ ਨਾਲ ਹੋਊਂਗਾ ਬਾਕੀ ਟੀਮ ਫਿਰ ਉਸ ਤੋਂ ਬਾਅਦ ਨਿਊਯਾਰਕ ਨੂੰ ਚਲ ਜਾਏਗੀ ਮੈਂ ਵਾਪਸ ਆਪਣੇ ਸਟੂਡੀਓ ਦੇ ਵਿੱਚ ਇੱਥੇ ਆ ਜਾਊਂਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ